ਸਿਆਣੇ ਬੰਦੇ ਜਿਹੜੇ ਕਹਿੰਦੇ ਨਾ ਬੱਦਲ ਨੂੰ ਦੇਖ ਕੇ ਦੱਸ ਦਿੰਦੇ ਨੇ ਵੀ ਇਹਨੇ ਵਰਸਣਾ ਜਾਂ ਨਹੀਂ ਵਰਸੇਗਾ ਜਾਂ ਨਹੀਂ ਵਰਸੇਗਾ ਕਹਿੰਦੇ, ਪਰ ਹੁਣ ਮੈਂ ਤੁਹਾਨੂੰ ਦੱਸ ਰਿਹਾ ਵੀ ਇਹ ਨਾ ਮੀਂਹ ਪੈਣ ਪਏਗਾ, ਤਾਂ ਉਹਨਾਂ ਇਸ਼ਾਰਾ ਸੀ ਵੀ ਤੁਹਾਡਾ ਰਾਜ ਜਿਹੜਾ ਇਹ ਬਣੇਗਾ। ਚੀਮਾ ਸਾਹਿਬ ਵੀ ਆ ਕੇ ਆਪਣੇ ਜਜ਼ਬਾਤੀ ਭਾਵਕ ਸਪੀਚ ਕਰਕੇ ਨੇ ਵੀ ਉਹਨੂੰ ਚਲੇ ਜਾ, ਚੰਗੀ ਗੱਲ ਹੈ, ਜਾ ਕੇ ਡਿਸਕਸ ਕਰਨਾ, ਬਟ ਵਟ ਫਾਰ ਹਾਓ, ਕਿਸ ਤਰ੍ਹਾਂ ਨਾਲ ਅਸੀਂ ਕੀ ਆਪਣਾ ਕੇਸ ਪੇਸ਼ ਕਰਨਾਗੇ, ਇਹ ਵੱਡਾ ਸਵਾਲ ਹੈ ਜਿਹੜਾ ਕਿ ਇਹ ਵਰਡ ਸਿੱਖ ਪਾਰਲੀਮੈਂਟ ਸੈਸ਼ਨ ਛੱਡ ਗਿਆ। ਹੁਣ ਜਦੋਂ ਮੈਂ ਇਹ ਗੱਲ ਕਰ ਰਿਹਾ ਸੀ, ਜਦੋਂ ਇਹ ਗੱਲ ਆਈ ਤਾਂ ਸਾਡੇ 'ਚ ਬੜਾ ਉਤਸ਼ਾਹ ਪੈਦਾ ਹੋ ਗਿਆ। ਜਿੱਦਾਂ ਵਿਦਵਾਨ ਨੇ ਲਿਖਿਆ, ਹੁਣ ਦੇਖੋ ਸਾਡਾ ਬੜਾ ਵੱਡਾ ਇਸ਼ੂ ਬਣੇਗਾ, ਦੁਨੀਆ 'ਚ ਸਾਰਾ ਡਿਸਕਸ ਹੋਏਗਾ ਵਗੈਰਾ ਵਗੈਰਾ ਹੋਏਗਾ। ਪਰ ਜਦੋਂ ਵੋਟਿੰਗ ਦੀ ਗੱਲ ਕਰ ਰਹੇ ਡੈਮੋਕ੍ਰੇਸੀ ਦੀ, ਗੱਲ ਤਾਂ UNO 'ਚ ਵੋਟਿੰਗ ਦੀ ਹੈ ਨਾ ਜੀ, ਅਤੇ UNO ਦੇ ਜਿਹੜੇ ਤੁਹਾਡੇ ਅਗਰ ਫਸਲ ਕੱਲ੍ਹ ਨੂੰ ਤੁਹਾਡਾ ਇਸ਼ੂ ਜਿਹਾ ਵੋਟਿੰਗ 'ਤੇ ਆ ਜਾਂਦਾ, ਯੂ ਆਰ ਇਨ ਸਪੋਰਟ ਆਫ ਹਾਰਿਸਟਾਰ ਔਰ ਸਿੱਖ, ਤਾਂ ਉਹਦੇ 'ਚ ਤੁਹਾਡੀ ਵੋਟਿੰਗ ਵੋਟਿੰਗ ਕਿੱਥੇ ਜਾਂਦੀ ਹੈ, ਉਹ ਸਪੋਰਟ ਨਹੀਂ। ਭਾਰਤ ਦੇ ਸਾਰੇ ਜਿੰਨੇ ਵੀ ਬਹੁਤ ਗਿਣਤੀ ਹੈਗੇ ਉਹੀ ਸਮਝਦਾ ਵੀ ਕੈਨੇਡਾ ਨਾਲ ਜਿਹੜਾ ਸਾਡਾ ਸੰਬੰਧ ਵਿਗੜਿਆ ਉਹ ਸਿੱਖਾਂ ਕਰਕੇ ਵਿਗੜਿਆ ਜੀ। ਜਦੋਂ ਚੀਮਾ ਕਹਿੰਦਾ ਕਿ ਪੰਜਾਬ 'ਚ ਲੜਿਆ ਜਾਣਾ, ਤਾਂ ਪੰਜਾਬ ਦੇ ਸਿੱਖਾਂ ਦੇ ਨਾਲ ਅਤੇ ਔਰ ਬਾਹਰਲੇ ਸਿੱਖਾਂ ਦਾ ਕੀ ਰੈਪਰ ਬਣਦਾ? ਕਿਹੜਾ ਮੀਡੀਆ ਤੁਹਾਨੂੰ ਜੋ ਆਵਾਜ਼ ਲੈ ਕੇ ਜਾ ਰਿਹਾ ਉਹ ਮਛੇਅਰ ਮੀਡੀਆ ਕੀ ਅਲ ਜਜ਼ੀਰਾ ਵਾਲਾ ਚੈਨਲ ਵਰਗਾ ਚੈਨਲ ਤੁਹਾਡੇ ਕੋਲ ਹੈ ਕੀ CNN ਵਰਗਾ ਵਰਗੇ ਜੋ ਹੋਰ ਵੀ ਰੈਡੀ ਇਹੋ ਜਿਹੀਆਂ ਅਖਬਾਰਾਂ ਹੈਗੀਆਂ ਤੁਹਾਡੇ ਕੋਲ ਕਿ ਤੁਹਾਡੇ ਸਪੀਅਰ ਬ੍ਰੇਨ ਜਿਹੜੇ ਬ੍ਰੇਨ ਐਕਸਲੈਂਟ ਬ੍ਰੇਨ ਨੇ ਉਹ ਤੋਂ ਉੱਤੇ ਲਿਖਣ ਜੋਗੇ ਹੈਗੇ ਨੇ, ਬੋਲਣ ਜੋਗੇ ਹੈਗੇ ਨੇ? ਅਗਲੇ ਕਹਿੰਦੇ ਵੀ ਨਾ ਤੁਸੀਂ ਸਾਡਾ ਬਣ ਲੈਣ ਤੋਂ ਅਸੀਂ ਆਪੇ ਕਰ ਲਾਂਗੇ, ਮਤਲਬ ਕਿਹੋ ਜਿਹਾ ਜਵਾਬ ਹੈਗਾ? ਸਿੱਖ ਡੋਂਟ ਅਪਲਾਈ ਦੇਅਰ ਮਾਈਂਡ, ਜਿਹੜਾ ਸਿੰਸੀਅਰ ਜਿਹੜੇ ਡੈਲੀਕੇਟ ਔਰ ਬੜਾ ਇੱਕ ਕਹਿੰਦਾ ਇੰਟਲੈਕਚੁਅਲ ਮਾਈਂਡ ਹੈ ਨਾ, ਜੇ ਉਹ ਅਪਲਾਈ ਨਹੀਂ ਕਰਦੇ। ਹੁਣ ਮੇਰੀ ਇੱਕ ਗੁਰਦੁਆਰਾ ਚੋਣਾਂ ਬਾਰੇ ਕਿਸੇ ਨਾਲ ਗੱਲ ਹੋਈ ਵੀ ਗੁਰਦੁਆਰਾ ਚੋਣ ਲੜ ਰਹੇ ਹੋ ਵੀ ਸੁਧਾਰ ਕੀ ਲੈਣੇ ਚਾਹੀਦੇ ਨੇ, ਕਿਸ ਤਰੀਕੇ ਨਾਲ ਤੁਸੀਂ ਔਰ ਤਾਕਤ ਕਿਵੇਂ ਆਓਗੇ? ਕਹਿੰਦਾ ਸਿਮਰਨ ਸਿੰਘ ਜੀ ਤੁਸੀਂ ਗੱਲ ਛੱਡੋ, ਤੁਹਾਨੂੰ ਪਹਿਲਾਂ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਕਰ ਲੈਣਾ, ਉਹ ਸੁਧਾਰ ਆਪੇ ਆ ਜਾਓਗੇ। ਉਹ ਕਿੰਨੀ ਮਾੜੀ ਗੱਲ ਹੈ ਜੀ, ਕਿੰਨੀ ਚੀਜ਼ ਗੱਲ ਹੈ, ਪੰਜਾਬ ਨੂੰ ਬਚਾਓ ਬਿਲਕੁਲ, ਤਦ ਹੀ ਇਹਦੇ 'ਚ ਕੋਈ ਨਾ ਕੋਈ ਲੋਕਾਂ ਦੀ ਹਮਦਰਦੀ ਨਾਲ ਇਹਨਾਂ ਲੋਕਾਂ ਨਾਲ ਹੋਵੇਗਾ, ਦਰਵਾਜ਼ੇ ਨਹੀਂ ਹੋਏ। ਬਿਲਕੁਲ, ਲੋੜ ਹੈ ਪੰਜਾਬ ਨੂੰ ਬਚਾਉਣ ਦੀ। ਬਚਾਉਣ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਜ਼ਨ 1469 ਵਿੱਚ ਤੁਹਾਡਾ ਸਵਾਗਤ ਹੈ। ਅੱਜ ਗੱਲ ਕਰਾਂਗੇ ਵਰਲਡ ਸਿੱਖ ਪਾਰਲੀਮੈਂਟ ਜਿਹੜੀ ਕਿ 2015 ਦੇ ਵਿੱਚ ਹੋਂਦ ਦੇ ਵਿੱਚ ਆਈ ਅਤੇ ਹਰ ਸਾਲ ਉਹ ਇੱਕ ਆਪਣਾ ਸੈਸ਼ਨ ਕਰਦੀ ਹੈ ਵਰਲਡ ਸਿੱਖ ਪਾਰਲੀਮੈਂਟ, ਅਤੇ ਉਹਦੇ ਵਿੱਚ ਜਿਹੜਾ ਇਸ ਵਾਰ ਇੱਕ ਉਹਨਾਂ ਨੇ ਚੌਥਾ ਸੈਸ਼ਨ ਜਿਹੜਾ ਹੈ ਸੱਦਿਆ ਸੀ ਉਹ ਜਿਹੜਾ ਕਿ ਅਮੈਰੀਕਾ ਦੇ ਵਿੱਚ ਹੋਇਆ। ਸੋ ਇੰਟਰਨੈਸ਼ਨਲ ਪੱਧਰ 'ਤੇ ਜੋ ਸਿੱਖਾਂ ਦਾ ਜਿਹੜੀਆਂ ਉਹਨਾਂ ਦੀਆਂ ਗਤੀਵਿਧੀਆਂ ਉਹਦੇ ਸੰਬੰਧ ਦੇ ਵਿੱਚ ਅੱਜ ਇਹ ਸਾਡਾ ਦਾ ਪ੍ਰੋਗਰਾਮ ਰਹੇਗਾ, ਅਤੇ ਉਹਦੇ ਵਿੱਚ ਇੱਕ UNO ਦੇ ਐਡਵਾਈਜ਼ਰ ਡਾਕਟਰ ਚੀਮਾ ਉਹਨਾਂ ਨੇ ਕੁਝ ਕੁ ਗੱਲਾਂ ਜਿਹੜੀਆਂ ਵਰਲਡ ਸਿੱਖ ਪਾਰਲੀਮੈਂਟ ਦੇ ਉਹ ਸੈਸ਼ਨ ਦੇ ਵਿੱਚ ਕੀਤੀਆਂ, ਅਤੇ ਉਹ ਕਾਫੀ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਉਹਦਾ ਆਧਾਰ ਉਸੇ ਆਧਾਰ 'ਤੇ ਅਸੀਂ ਅੱਜ ਇਹ ਗੱਲ ਕਰਨੀ ਹੈ। ਉਹਨਾਂ ਨੇ ਇੱਕ ਇਹਦੇ ਵਿੱਚ ਗੱਲ ਕੀਤੀ ਹੈ ਵੀ ਕਿ ਜਿਹੜੇ ਸਿਆਣੇ ਬੰਦੇ ਹੁੰਦੇ ਆ ਉਹ ਬੱਦਲ ਨੂੰ ਦੇਖ ਕੇ ਦੱਸ ਦਿੰਦੇ ਨੇ ਕਿ ਮੀਂਹ ਵਰੇਗਾ ਜਾਂ ਨਹੀਂ। ਸੋ ਹਵਾਵਾਂ ਦਾ ਕਹਿੰਦੇ ਰੁੱਖ ਬਦਲਿਆ ਹੋਇਆ ਹੈ ਅਤੇ ਹੁਣ ਜਿਹੜਾ ਹੈ ਮੀਂਹ ਜਿਹੜਾ ਵਰ ਕੇ ਹੀ ਰਹੇਗਾ। ਸਰ ਕਹਿਣ ਦਾ ਭਾਵ ਸੀ ਵੀ ਸਿੱਖਾਂ ਦਾ ਜਿਹੜੀ ਮੰਗ ਹੈ ਵੀ ਖਾਲਿਸਤਾਨ ਦੀ ਵੀ ਉਹ ਬਣ ਕੇ ਰਹੇਗਾ। ਸੋ ਐਸੀ ਗੱਲਬਾਤ ਆਪਾਂ ਕਹਾਂਗੇ ਵੀ ਇਹ ਕਿੱਥੇ ਕੁ ਤੱਕ ਜਿਹੜੀ ਹੈਗੀ ਹੈ ਸਹੀ ਹੈ ਲੱਗਦੀ ਹੈ, ਅਤੇ ਇਹਦੇ 'ਤੇ ਵਿਚਾਰ ਕਰਾਂਗੇ ਉਹਨਾਂ ਨੇ ਕਿਹੜੀਆਂ ਕਿਹੜੀਆਂ ਗੱਲਾਂ ਕੀਤੀਆਂ, ਕੀ ਹੈ ਵਰਲਡ ਸਿੱਖ ਪਾਰਲੀਮੈਂਟ ਦਾ ਸੈਸ਼ਨ ਕਿਵੇਂ ਜਿਹੜਾ ਹੈ ਕਾਰਜ ਕਰਦੀ ਹੈ, ਇਹਦੇ ਬਾਰੇ ਆਪਾਂ ਥੋੜ੍ਹੀ ਜਾਣਕਾਰੀ ਜਿਹੜੀ ਲਵਾਂਗੇ। ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਭਾਈ ਹਰਸਿਮਰ ਸਿੰਘ ਜੀ ਜਿਹੜੇ ਕਿ ਡਾਇਰੈਕਟਰ ਨੇ ਸੈਂਟਰ ਫਾਰ ਫਨਤ ਕ੍ਰੀਏਟਿਵਿਟੀ ਸ਼੍ਰੀ ਅਨੰਦਪੁਰ ਸਾਹਿਬ ਦੇ। ਸੋ ਅਕਸਰ ਅਸੀਂ ਉਹਨਾਂ ਨਾਲ ਵੱਖ ਵੱਖ ਵਿਸ਼ਿਆਂ 'ਤੇ ਸਿੱਖ ਸੰਦਰਭ ਦੇ ਵਿੱਚ ਗੱਲ ਕਰਦੇ ਰਹਿੰਦੇ ਹਾਂ, ਸੋ ਅੱਜ ਵੀ ਇਸ ਵਿਸ਼ੇ 'ਤੇ ਆਪਾਂ ਗੱਲ ਕਰਾਂਗੇ। ਸੋ ਆਓ ਪਹਿਲਾਂ ਭਾਈ ਸਾਹਿਬ ਦਾ ਆਪਾਂ ਸਵਾਗਤ ਕਰਦੇ ਹਾਂ, ਫਿਰ ਗੱਲਬਾਤ ਕਰਦੇ ਹਾਂ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਫਤਿਹ। ਭਾਈ ਸਾਹਿਬ ਬਹੁਤ ਧੰਨਵਾਦ ਤੁਹਾਡਾ ਜੀ। ਜੀ ਜੀ ਸਰ। ਸੋ ਅੱਜ ਫਿਰ ਆਪਾਂ ਜਿਹੜਾ ਇੰਟਰਨੈਸ਼ਨਲ ਪੱਧਰ ਸਿੱਖਾਂ ਦੀਆਂ ਜਿਹੜੀਆਂ ਸਰਗਰਮੀਆਂ ਹੈ ਆਪਾਂ ਦੇਖ ਰਹੇ ਹਾਂ, ਅਤੇ ਪਿੱਛੇ ਜੇ ਕੈਨੇਡਾ ਦੀ ਅਤੇ ਆਪਾਂ ਗੱਲ ਵੀ ਕੀਤੀ ਜਿਹੜਾ ਟਰੂਡੋ ਸਾਹਿਬ ਨੇ ਬਿਆਨ ਦਿੱਤਾ ਸੀ ਉਸੇ ਸੰਦਰਭ ਦੇ ਵਿੱਚ, ਪਿੱਛੇ ਇੱਕ ਜਿਹੜਾ ਹੈ ਇੱਕ ਪਾਰਲੀਮੈਂਟ ਜਿਹੜਾ ਸਿੱਖ ਵਰਲਡ ਪਾਰਲੀਮੈਂਟ ਆ ਉਹਨਾਂ ਦਾ ਇੱਕ ਪਾਰਲੀਮੈਂਟਰੀ ਸੈਸ਼ਨ ਜਿਹੜਾ ਕੀਤਾ ਹੈ ਜਿਹੜਾ ਕਿ ਹਰ ਵਾਰੇ ਕਰਦੇ ਨੇ, ਉਹ ਚੌਥਾ ਸੈਸ਼ਨ ਸੀ ਸ਼ਾਇਦ ਉਹਨਾਂ ਦਾ ਇਹ। ਸੋ ਉਹਦੇ ਵਿੱਚ ਇੱਕ ਡਾਕਟਰ ਹਾਂਜੀ ਉਹਨਾਂ ਨੇ ਜਿਹੜੇ ਹੈਗੇ ਇਹਨਾਂ ਜੀ ਕੁਝ ਗੱਲਾਂ ਜਿਹੜੀਆਂ ਕੀਤੀਆਂ, ਤੁਸੀਂ ਵੀਡੀਓ ਸੁਣੀਆਂ, ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ, ਕਿਵੇਂ ਤੁਸੀਂ ਦੇਖਦੇ ਉਹਨਾਂ ਦੇ ਬਿਆਨ ਨੂੰ, ਥੋੜ੍ਹਾ ਜਿਹਾ ਤੁਸੀਂ ਪਹਿਲਾਂ ਉਹਨਾਂ ਬਾਰੇ ਥੋੜ੍ਹਾ ਜਿਹਾ ਦੱਸੋ ਜੀ।
देखो मैं तो बहुत नहीं जानता लेकिन फिर भी जितना कि मैं गैदर कर सके इनफॉरमेशन जी वो पाकिस्तान बेस्ड ने जी चंगे एक्टिविस्ट ने और सिखा ने हमदर्दी रखते हैं और यूएनओ के किसी कमेटी के मैंबर ने अच्छा किसी ना किसी कमेटी मैंबर बाई डोंट नो कि कमेटी है बट यूएनओ उन्होंने रिलेशन रहा है तो अक्सर वो सिख स्टेजा पर आके बोलते हैं तो पहला भी मैं उन्होंने एक जगह होर भी सुनया वो प्रो सिख ने एटीट्यूड बट उन्हां दी किन्नी इनवॉल्वमेंट है डिसीजन मेकिंग दे विच जां वर्ल्ड सिख पार्लीमेंट दे विच किस तरीके नाल क्योंकि वो जिहड़ी हुण दी जिहड़ी मैं सुनी आ ना वीडियो इस तक आसवंद ने कि जल्दी जिहड़ा सिखां दा केस है यूएनओ विच डिस्कस कीता जाएगा जी जी तुसीं तो की आधार ने मैनूं नहीं पता ओके ओके मैं तुसीं इक अक्सर ना जदों भी आपां कोई भी वीडियो करदे आ कोई भी विषय ते अहीं गल करदे आ सिख संदर्भी साडे हुंदे आ तुसीं अक्सर इक गल करदे आ वी सिखां नूं साडा जिहड़ा एच जी पी सी हैगी है वह कि मिनी पार्लीमेंट असी कहिंदे आ भी उन्हां नूं इह जे पार्लीमेंट की तरह कम करना चाहिए तो यह वर्ल्ड सिख पार्लीमेंट है जी भी अपना कार्य कर रही है तो किवें देखते हो देखो ये जो जित तक मैं गैदर कर सके इनफॉरमेशन हिस्ट्री सिख पार्लीमेंट की यह 2015 जो सरबत खालसा होया ये उदों जो उदो माहौल होर से सारे जो पंथक धिरां ने काफ़ी वड्डा इकट्ठ किया बाहरले देशों के सिख भी इनवॉल्व होए और इतने भी बड़ा वड्डा पंज प्यारे पंज सॉरी जथेदार साहबान चुने गए जिस भाई वारा सिंह की शख्सियत जी सामने उभर के आई एस जथेदार काल तख्त साहब सो उस बाद दूजे जथेदार भी आए सो वखरा ही कमीशा जो हालांकि बहुत उस उभार सेगा ये फिर चूंकि अखंड कीर्ति जथा तो जे होर सज्जन मित्र जे सारे हवारा जी के नाल जुड़े हुए थे जहाँ का प्रभाव कबूल उन्होंने और इन्होंने प्रभाव हेठ फिर ये जी वर्ल्ड सिख पार्लीमेंट बनी हूँ पार्लीमेंट जिस तरह ना है अपने बड़ा अट्रैक्टिव है भी सिखा का ऐसा मंच जो कि पार्लीमेंट वर्गा पद्धर रखता है जिद बड़े नुमाइंदे जे बड़े स्याने और बड़े उस डिस्कस करने वाले जो सारे इशूज़ करने वाले बैठते हैं और सैशन बुलाते हैं सारे इशूज़ लेते हैं पर मैं ये जो चौथा पार्लीमेंट के कुछ सैशन सुने ने इस पहला भी एक दो सैशन सुने ने पर उस जी गल है ना जी जी एच पी की गल कर तो मैं बाद चाहता वो जो इशूज ने ना जी वो डिस्कस तो होंगे ने पर थ्रेड बेयर कि पार्लीमेंट के पार्लीमेंट वाग सारे इशूज वो थ्रेड बेयर डिस्कस होने चाहिए ने उन्होंने आधार की ने उन्होंने मौलिकता की है उन्होंने जिस तरीके किस तरीके उन्होंने पद्धर की होना चाहिए है या जो साढ़े जो खालसा जो मांग करते हैं वह जोड़ा मतलब जोड़ा पोलिटिकल स्ट्रक्चर एजुकेशनल स्ट्रक्चर इकोनमिक स्ट्रक्चर और जो कल्चर सारी सारी जी स्ट्रक्चर है वह कहोजी होनी चाहिए है जी बेसिकली जी ओरिजिन की है इस बारे डिस्कस बहुत घट हों बिल्कुल उ डॉक्टर चीमा ने भी चिन्हा जी गल की से भी यह वर्ल्ड सिख पार्लीमेंट है सिख पार्लीमेंट जानी कि वर्ल्ड सिख पार्लीमेंट ये कहते खालिस्तानी की पार्लीमेंट नहीं हैगी सो इसनों इस तरह ना तुसी कहते काम करो भी सारे सिख तुहाडे नाल जुड़न उन्होंने भी गल की आप गल करते उन्होंने बारे भी उन्होंने एक गल कही भी जिहड़ियां हवावां दा रुख इस वेले जिहड़ा वह बदलिया होया है तो सियाने बंदे जिहड़े कहिंदे ना बदल नूं देख के दस दिंदे ने भी इहना वरसना जां नहीं वरसेगा जां नहीं वरसेगा कहिंदे पर हुण मैं तुहानूं दस रहा भी इह ना मीह पेगा तो उन्हें इशारा से भी तुहाडा राज जिहड़ा इह बनेगा तो बनन जा रहा भी तुसीं तैयार हो जाओ नहीं मैं इस तरह बहुत सहमत नहीं जी जी इस तरह नहीं हुंदा है राज बनने खास तौर पर जिस तरीके असले दुनिया के हालात ने जो भारत जो हालात ने जिस तक जिस भारत में सिख कड़ीकी फसे हुए हैं वक् स्टेटा ने वक् वक् सूबे ने इतने सारा फुट है इतने सारा बाहर देशों फैल गए हुए हैं इस तरह नहीं हुंदा ये देखो तुसीं जेकर इसनों इस तरह लवोगे ना तो फिर तो तुसीं बहुत पहला की गल कर रहे हो दूर की गल पहला कर रहे हो तो चलो आप इस गल बारे आस ही रख सकते हैं पर मूल मुद्दा इन्होंने जो गल कही ना जी भी तुसीं तुहाडा जो इशू है वो पार्ली यूएनओ डिस्कस कर हो जा रहा है देखो हालात की ने जी मैं जो इसका सारा इतिहास वेखदा सिख साहब घट घट 1947 तो बाद सारी सिख मूवमेंट जी सिख अधिकारा लड़ रही है चाहे उसको कोई ना दे लो पंजाबी सूबा कह लो सिख होमलैंड कह लो या खालिस्तान कह लो या तुसी इस जिस ढंग अमृतसरनामे का मुद्दा है और इकदर सी मैं गल मैं महसूस कर रहा समझे इस गल इस गल कोर्ट भी की गल भी की है भी आफ्टर आल जो खालिस्तान वट एवर इट्स फॉर्मेशन भी जोग्राफी की है डेमोग्राफी की होएगी बनना तो पंजाब च ही है ना जी बनना तो पंजाब च है
इस गल बारे ये पॉइंट जो तो मिस हो गया डिस्कस का, डिस्कस करना रहा है और यही यही मुद्दा है कि जो जो एक स्टेट ਤੁਹਾਡੇ ਸੁਪਨਿਆਂ ਦੀ ਸਟੇਟ, ਖਿਆਲਾਂ ਦੀ ਸਟੇਟ, ਇਤਿਹਾਸਕ ਸਟੇਟ ਜਿਹਦਾ ਬਣਿਆ ਹੈ, ਤੁਹਾਡੇ ਕੋਲ ਮਿਸ ਹੋ ਗਿਆ ਸਾਰਾ, ਜਦੋਂ ਬਣਨੀ ਪੰਜਾਬ 'ਚ ਹੈ ਤਾਂ ਇਹ ਕੀ ਰੈਲੇਟਿਵਿਟੀ ਕੀ ਹੈ, ਆਪਸੀ ਜਿਹੜੀ ਆਪਾਂ ਕਹਿੰਦੇ ਹਾਂ ਕਿ ਸੰਬੰਧ ਕੀ ਨੇ। ਵਰਲਡ ਸਿੱਖ ਪਾਰਲੀਮੈਂਟ ਆਪਣੇ ਵਿੱਚ ਕਰੇ ਡਿਸਕਸ, ਕੋਈ ਪ੍ਰੋਬਲਮ ਨਹੀਂ, ਹਰ ਇੱਕ ਨੂੰ ਹੱਕ ਹੈ। ਔਰ ਇਹ ਇੱਕ ਗੱਲ, ਇਹ ਵੀ ਗੱਲ ਜਿਹੜੀ ਹੈ ਕਿ ਜਿਹੜੀ ਇਹ 15 ਤੋਂ ਲੈ ਕੇ 23 ਤੱਕ 8 ਸਾਲ ਇਸ ਚੀਜ਼ ਨੂੰ ਸਰਵਾਈਵ ਕਰਕੇ ਚੱਲ ਰਹੀ ਹੈ, ਉਸ ਨਾਲ ਕੀ ਇਹਦਾ ਇੱਕ ਪ੍ਰਭਾਵ ਵੀ ਗਿਆ। ਬਟ ਫਿਰ ਵੀ ਸਵਾਲ ਬਣਦਾ ਕਿ 8 ਸਾਲ ਬੜਾ ਵੱਡਾ ਸਮਾਂ ਹੁੰਦਾ ਜੀ, 8 ਸਾਲ ਵਿੱਚ ਉਹਦੀ ਇਹ ਨਟ ਸ਼ੈਲ, ਕਿਉਂਕਿ ਜਦੋਂ ਉੱਥੇ ਡਿਸਕਸ ਕੀਤੇ ਜਾਂਦੇ ਉਹ ਜਜ਼ਬਾਤੀ ਜਿਹੜੇ ਤੁਸੀਂ ਕਹਿ ਰਹੇ ਹੋ ਪੰਜਾਬ ਦੇ ਕਿਸੇ ਮੇਲੇ ਦੀ ਜਾਂ ਕਿਸੇ ਸਮਾਜਿਕ ਜਾਂ ਕਿਸੇ ਪੋਲੀਟੀਕਲ ਸਟੇਜ 'ਤੇ ਤੁਸੀਂ ਡਿਸਕਸ ਕਰ ਰਹੇ ਹੋ ਵੀ ਸਾਡੇ ਨਾਲ ਇਹ ਵਾਪਰਿਆ, ਸਾਡਾ ਇਹ ਵਾਪਰਿਆ, ਸਾਡਾ ਨਵਾਂ ਵਾਪਰਿਆ, ਇਸ ਤਰ੍ਹਾਂ ਹੋਇਆ, ਉਹੀ ਡਿਸਕਸ ਤਾਂ ਤੁਸੀਂ ਪੰਜਾਬ ਉੱਥੇ ਵਰਲਡ ਸਿੱਖ ਪਾਰਲੀਮੈਂਟ 'ਚ ਕਰਦੇ ਹੋ, ਫਿਰ ਫਰਕ ਕੀ ਹੈ ਪਾਰਲੀਮੈਂਟ ਦੀ ਸਟੇਜ ਦਾ ਔਰ ਇੱਕ ਪਾਕਿਸਤਾਨ ਹਿੰਦੁਸਤਾਨ ਦੇ ਵਿੱਚ, ਪੰਜਾਬ ਦੇ ਵਿੱਚ ਜਾਂ ਕਿਸੇ ਹੋਰ ਸਟੇਟ ਦੇ ਵਿੱਚ, ਬਾਹਰਲੇ ਦੇਸ਼ਾਂ 'ਚ ਵੀ ਅਗਰ ਕੋਈ ਪੋਲੀਟੀਕਲ ਸਟੇਟ ਬਣਦੀ ਹੈ, ਸਟੇਟ ਦੀ ਗੱਲਬਾਤ ਹੁੰਦੀ ਹੈ, ਉਸ 'ਚ ਕੀ ਫਰਕ ਹੈ। ਇੱਥੇ ਆ ਕੇ ਐਜੂਕੇਸ਼ਨ ਦੀ ਗੱਲ ਆ ਜਾਂਦੀ ਹੈ ਜੀ, ਕਿ ਐਜੂਕੇਸ਼ਨ ਨੂੰ ਅਸੀਂ ਤੁਸੀਂ ਮਤਲਬ ਭਾਵੇਂ ਜਿਵੇਂ ਵੀ ਕਹਿ ਲਓ ਇੱਕ ਚੁਣੀ ਨੁਮਾਇੰਦਾ ਜਥੇਬੰਦੀ ਹੈ, ਹੁਣ ਭਾਵੇਂ ਹਰਿਆਣਾ ਅਤੇ ਜਿਹੜੀ ਦਿੱਲੀ ਪਹਿਲਾਂ ਪਾਸੇ ਪਾਸੇ ਚਲੇ ਗਏ ਨੇ, ਪਰ ਵੱਡਾ ਇਹਦਾ ਆਧਾਰ ਦਾਇਰਾ ਸੀਗਾ, 170 ਮੈਂਬਰ ਨੇ ਚੁਣ ਕੇ ਆਉਂਦੇ ਨੇ, ਔਰ ਚੁਣ ਕੇ ਆਉਂਦੇ ਨੇ ਉਹਨਾਂ ਵਾਸਤੇ ਇੱਕ ਲੀਗਲ ਸ਼ਡਿਊਲ ਹੈ, ਸਟੈਚੂਟ ਬੋਡੀ ਹੈ, ਸੈਸ਼ਨ ਹੁੰਦੇ ਨੇ, ਪਰ ਉੱਥੇ ਆ ਕੇ ਫਿਰ ਸਾਡੇ ਸਾਹਮਣੇ ਇੱਕ ਵੱਡੀ ਗੱਲ ਆ ਜਾਂਦੀ ਹੈ, ਵੱਡਾ ਕੁਐਸਚਨ ਮਾਰਕ ਆ ਜਾਂਦਾ ਹੈ ਕਿ ਇਹ ਜਿਹੜੇ ਨੁਮਾਇੰਦੇ ਨੇ ਇਹ ਸਾਰਾ ਸਾਰ ਕਰਦੇ ਕੀ ਨੇ। ਐਜੀਪੀਸੀ ਦੇ ਜਿਹੜੇ ਸੈਸ਼ਨ ਹੁੰਦੇ ਨੇ ਉਹ ਜਾਂ ਤਾਂ ਮਾਰਚ 'ਚ ਹੁੰਦਾ ਬਜਟ ਪਾਸ ਕਰਨਾ, ਉਹਨਾਂ ਨੇ ਜੋ ਅਧਿਕਾਰੀ ਨੇ ਐਜੀਪੀਸੀ ਦੇ ਉਹਨਾਂ ਤਿਆਰ ਕੀਤਾ ਬਜਟ ਦੇ ਬੋਲੇ ਸੋਨੇ ਹਾਲ ਜਕਾਰਾ ਛੱਡ ਕੇ ਪਾਸ ਕਰ ਦਿੰਦੇ ਨੇ ਲੱਖਾਂ ਰੁਪਏ ਦਾ, ਕਰੋੜਾਂ ਰੁਪਏ ਦਾ, ਅਰਬਾਂ ਰੁਪਏ ਦਾ। ਦੂਜੇ ਪਾਸੇ ਇਹਨਾਂ ਚੋਣ ਕਰਨੀ ਹੁੰਦੀ ਹੈ, ਜਿਵੇਂ 8 ਨਵੰਬਰ ਚੋਣ ਹੋਣੀ ਹੈ ਜੀ ਦੀ ਪ੍ਰਧਾਨ ਜੀ ਅਤੇ ਅਹੁਦੇਦਾਰਾਂ ਦੀ, ਇਹੋ ਨਾ। ਸੋ ਉਹਦੇ ਜਿਹੜੇ ਸਿੱਖ ਪੰਥ ਇਸ਼ੂਜ਼ ਨੇ ਉਹ ਕਿੱਥੇ ਡਿਸਕਸ ਹੁੰਦੇ ਨੇ, ਇੱਕ ਸਪੇਸ ਹੈ ਖਾਲੀ ਪਾਉਣਾ ਸਿੱਖ ਪੰਥ ਦੇ ਹਿਰਦਿਆਂ ਵਿੱਚ ਵੀ ਜਦੋਂ ਸਾਡੇ ਇਸ਼ੂ ਜਿਹੜੇ ਪੰਥ ਦੇ, ਸਾਡੀ ਕੌਮ ਦੇ ਜਿਹੜੇ ਪੰਜਾਬ ਦੇ, ਸਾਡੇ ਇਤਿਹਾਸ ਦੇ ਸਾਡੇ ਇਸ਼ੂ ਜਿਹੜੇ ਡਿਸਕਸ ਕਿੱਥੇ ਹੋਣਗੇ, ਉਹਦੇ ਬਾਰੇ ਫੈਸਲੇ ਕੌਮੇ ਲਏ ਜਾਣਗੇ। ਇਸ ਮੁੱਖ ਮੈਂ ਸਮਝਦੇ ਨੇ ਸਾਡੇ ਪੁਰਾਣੇ ਪ੍ਰਾਤੀ ਸਿੱਖ ਸੀ, 18 ਸਦੀ ਦੇ ਸਿਆਣੇ ਸੀਗੇ, ਉਹਨੇ ਸਰਬੱਤ ਖਾਸ ਇੰਸਟੀਚਿਊਸ਼ਨ ਬਣਾ ਦਿੱਤੀ ਸੀ, ਸਾਲ 'ਚ 2 ਵਾਰੀ ਉਹ ਡਿਸਕਸ ਕਰਦੇ ਸੀ ਯਾਰ, ਉਹ ਇਸ ਤਰ੍ਹਾਂ ਨਹੀਂ ਅਕਾਲੀ ਦਲ ਐਜੀਪੀਸੀ ਨਹੀਂ ਬੈਠਦੇ ਸੀ, ਉਹ ਪੂਰਾ ਡਿਸਕਸ ਹੁੰਦਾ ਸੀ, ਹਰ ਮਿਸਲ ਆਪਣਾ ਆਪਣਾ ਇਸ਼ੂ ਲੈ ਕੇ ਆਉਂਦੀ ਸੀ, ਜਦੋਂ ਆਪਸੀ ਟਕਰਾਅ ਵੀ ਸੀਗੇ ਮੁਸਲਮਾਨਾਂ ਨਾਲ ਕਿਵੇਂ ਡੀਲ ਕਰਨਾ ਜਾਂ ਲੋਕਲ ਇਸ਼ੂਜ਼ ਕੀ ਨੇ, ਉਹ ਕਰਕੇ ਫੈਸਲਾ ਲੈਂਦੇ ਸਨ ਜੀ ਉਹ। ਔਰ ਉਸਦੇ ਨਾਲ ਕੀ ਆ ਕਿ ਅਗਲੀ ਵਾਰੀ ਫਿਰ ਮਿਲਣ ਦਾ ਵਾਅਦਾ ਕਰਕੇ ਫਿਰ ਇੰਪਲੀਮੈਂਟ ਕਿਵੇਂ ਕਰਨਾ, ਉਸ ਬਾਰ ਕਰ ਲੈਂਦੇ ਸੀ ਨਾ ਜੀ। ਉਹ ਤਾਂ ਅਨਫੋਰਚੁਨੇਟਲੀ 1805 ਰਣਜੀਤ ਸਿੰਘ ਨੇ ਸਰਬੱਤ ਖਾਲਸਾ ਇੰਸਟੀਟਿਊਟ ਖਤਮ ਕਰਤੀ। ਸੋ ਮੈਂ ਕਹਿੰਦਾ ਸਾਡਾ ਇੱਕ ਖਾਲੀ ਪਾਣ ਹੈ ਸਾਡੇ ਪੰਥ ਦੀ ਇਸ ਚੀਜ਼ ਵਿੱਚ, ਇਸ ਕਰਕੇ ਤੁਸੀਂ ਦੇਖੋ ਵੀ ਕੁਝ ਦਾ ਮਤਲਬ ਪ੍ਰਭਾਵ ਬਣਦਾ ਹੈ ਜਥੇਬੰਦੀ ਦਾ, ਜਦੋਂ ਸ਼ਖਸੀਅਤਾਂ ਤੋਂ ਸਰਬੱਤ ਖਾਲਸਾ ਤਾਂ ਲੈਂਦੇ ਨੇ, ਚਾਹੇ ਖਾੜਕੂ ਨੇ 26 ਜਨਵਰੀ 1986 ਸੱਦਿਆ ਖਾੜਕੂ, ਉਸ ਤੋਂ ਬਾਅਦ ਬਰਨਾਲੇ ਨੇ ਅਨੰਦਪੁਰ ਸਾਹਿਬ ਸੱਦ ਲਿਆ, ਮਤਲਬ ਖਰਬੱਤ ਖਾਲਸਾ ਖਿੱਤੋਂ ਬਣਾਇਆ ਹੋਇਆ ਜਿਹਨਾਂ ਨੇ, ਤਾਂ ਹੁਣ 15 ਸੱਦ ਲਿਆ ਜੀ, ਹੁਣ ਫਿਰ ਜਦੋਂ ਕਹਿੰਦੇ ਸਰਬੱਤ ਖਾਲਸਾ ਸੱਦ ਲਓ। ਸੋ ਇੱਕ ਤਰ੍ਹਾਂ ਇਹ ਸਾਡੇ ਜਿਹੜੀ ਮਤਲਬ ਉਸ ਤਰੀਕੇ ਨਾਲ ਅਸੀਂ ਆਪਣਾ ਮਾਇੰਡ ਅਪਲਾਈ ਨਹੀਂ ਕਰਦੇ ਕਿ ਸਰਬੱਤ ਵਾਢੀ ਸਰਬੱਤ ਖਾਲਸਾ, ਜੇ ਅਕਾਲ ਜੇ ਐਜੀਪੀਸੀ ਹੈ ਤਾਂ ਇੱਕ ਪਾਰਲੀਮੈਂਟ ਵਾਂਗ ਕਿਵੇਂ ਕੰਮ ਕਰੇ। ਦੇਖੋ ਮੈਂ ਇਸ ਵਾਸਤੇ ਕ੍ਰੀਏਟਿਵ ਮਾਇੰਡ, ਕ੍ਰੀਏਟਿਵਿਟੀ ਪੋਜ਼ਿਟਿਵ ਐਟੀਟਿਊਡ ਰੱਖ ਕੇ ਮੈਂ ਆਪਣੀ ਕਿਤਾਬਾਂ ਵਿੱਚ ਇਸ ਗੱਲ ਦੱਸੀ ਹੋਈ ਕਿ ਸਾਲ ਦੇ 3 ਸੈਸ਼ਨ ਸੱਦੋ, ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਵਸ 'ਤੇ, ਇੱਕ ਜਿਹੜਾ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਦਿਵਸ 'ਤੇ 7 ਅਕਤੂਬਰ ਚੱਲਦਾ, ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਵਸ 'ਤੇ, ਇੱਕ ਵਿਸਾਖੀ 'ਤੇ, 3 ਸੈਸ਼ਨ ਸੱਦੇ, 4-4 ਮਹੀਨੇ ਦਾ ਗੈਪ ਹੈ, ਉਹ ਵੱਖ ਵੱਖ ਇਸ਼ੂ 'ਤੇ ਡਿਸਕਸ ਕਰਕੇ ਸਾਰੇ ਮੈਂਬਰ ਜਿਹੜੇ ਹੋਲਮਰ ਕਰਕੇ ਆਉਣ ਅਤੇ ਕੌਮ ਦੇ ਫੈਸਲੇ ਲਏ ਜਾਣ। ਸੋ ਐਜੀਪੀਸੀ 'ਚੋਂ ਨਵੀਂ ਲੀਡਰਸ਼ਿਪ ਨਿਕਲਦੀ ਸੀ, ਜਿਵੇਂ ਸਿੱਖ ਫੈਡਰੇਸ਼ਨ ਨਵੀਂ ਲੀਡਰਸ਼ਿਪ ਨਿਕਲਦੀ ਸੀ। ਸੋ ਮੈਂ ਸਮਝਦਾ ਕਿ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਹੈ ਨਾ ਜੀ, ਉਹ ਜਦੋਂ ਵੀ ਇਸ ਪਾਸੇ ਬੈਠਣ ਜਾਂ ਆਉਣ ਵਾਲੇ ਸਮੇਂ ਜੋ ਅਗਲਾ ਸੈਸ਼ਨ ਕਰਨ, ਤਾਂ ਇਹਨਾਂ ਸਾਰੇ ਇਸ਼ੂਜ਼ ਨੂੰ ਡਿਸਕਸ ਕਰ, ਥਰੈਡ ਪੇਰ ਪਹਿਲਾਂ ਉਹਦਾ ਏਜੰਡਾ ਬਣਾਉਣ, ਫਿਰ ਡਿਸਕਸ ਕਰ, ਕਿਉਂਕਿ ਇਹ ਤਾਂ ਸਾਰੀ ਦੁਨੀਆਂ ਨੂੰ ਪਤਾ ਲੱਗ ਹੀ ਗਿਆ ਕਿ ਸਿੱਖ ਕੀ ਚਾਹੁੰਦੇ ਜਾਂ ਵਰਲਡ ਸਿੱਖ ਪਾਰਲੀਮੈਂਟ ਦਾ ਏਜੰਡਾ ਕੀ ਹੈ, ਫਿਰ ਸਟੇਟ ਚਾਹੁੰਦੇ ਹਾਂ ਅਸੀਂ, ਬਟ ਉਹ ਪੰਜਾਬ ਦੇ ਵਿੱਚ ਉਸਦਾ ਕਿਵੇਂ ਲੋਕ ਆਧਾਰ ਬਣਨਾ ਹੈ, ਕਿਵੇਂ ਲੋਕਾਂ ਵਿੱਚ ਉਹ ਜਿਹੜੀ ਖਾਲੀਪਣ ਹੈ ਉਸਦੇ ਵਿੱਚ ਉਹ ਵਰਲਡ ਸਿੱਖ ਪਾਰਲੀਮੈਂਟ ਆ ਕੇ ਕਿਵੇਂ ਭਰਦੀ ਹੈ। ਇਸ ਵਾਸਤੇ ਮੈਂ ਸਮਝਦਾ ਕਿ ਜਿਹੜੀ ਹੋਰ ਵੀ ਜਿਹੜੇ ਸਾਡੇ ਜਿਹੜੇ ਮੈਂ ਡਾਕਟਰ ਜਿਹੜੇ ਦੂਸਰੇ ਅਮਰਜੀਤ ਸਿੰਘ ਸਪੀਚ ਵੀ ਸੁਣੀ ਹੈ ਅਤੇ ਹੋਰ ਬਾਕੀ ਬੰਦੇ ਸੁਣ ਨਹੀਂ ਸਕੇ, ਬਟ ਇਹ ਮੈਂ ਸਮਝਦਾ ਕਿ ਵਰਲਡ ਸਿੱਖ ਪਾਰਲੀਮੈਂਟ ਸਾਹਮਣੇ ਬੜਾ ਵੱਡਾ ਇਸ਼ੂ ਹੈ ਕਿ ਜੇਕਰ UN ਨੂੰ ਜਿਵੇਂ ਚੀਮਾ ਸਾਹਿਬ ਕਹਿ ਰਹੇ ਨੇ ਆਉਣ ਵਾਲੇ ਸਮੇਂ 'ਚ ਹੋਏਗਾ, ਇਹ ਨੋ ਡਾਊਟ
ਕਿ ਇਹ ਜਿਹੜੇ ਕੁਛ ਸਟੇਟਾਂ ਬਣਦੀਆਂ ਨੇ, ਸਟੇਟਸ ਬਣਦੀਆਂ ਆ ਰਹੀਆਂ ਨੇ ਜਾਂ ਬਣੀਆਂ ਨੇ ਪਿਛਲੇ ਸਮੇਂ, ਜਾਂ ਯੂਪਰ ਯੂਰਪ ਪੰਡਤੋਲ ਹੋਈ ਹੈ, ਜਾਂ ਜਿਹੜਾ ਇਜ਼ਰਾਈਲ ਬਣਿਆ ਸੀ, ਜਾਂ ਜੋ ਸੁਡਾਨ ਹੁਣ ਬਣਿਆ ਹੈ, ਜਾਂ ਕਿਹੜੇ ਦੇਸ਼ ਬਣਦੇ ਨੇ, ਇਹ 'ਚ ਕੋਈ ਦੋਰਾਵਾਂ ਨਹੀਂ ਕਿ ਯੂਐਨਓ 'ਚ ਜਿਹੜੇ ਸਪੇਨ ਦਾ ਕੈਟੇਲੋਨੀਅਨ ਦਾ ਜਿਹੜਾ ਰੈਫਰੈਂਡਮ ਹੋਇਆ ਹੈ, ਜਾਂ ਜਿਵੇਂ ਸਿਕਸ ਫਾਰ ਜਸਟਿਸ ਵਾਲਾ ਰੈਫਰੈਂਡਮ ਕਰ ਰਿਹਾ, ਕਿਉਂਕਿ ਇਹ ਤਾਂ ਇੱਕ ਸਿਰਫ ਇੱਕ ਲੋਕਾਂ ਦੀ ਲੋਕ ਰਾਏ ਤਿਆਰ ਕਰਨ ਦੀ ਗੱਲ ਹੈ ਨਾ ਜੀ, ਕਿ ਤਿਆਰੀ ਵਾਸਤੇ ਤੁਸੀਂ ਆਪਣਾ ਕੀ ਗੱਲ ਕਰਦੇ, ਇਹ ਇੱਕ ਮਾਤ ਸਾਧਨ ਨੇ ਆਪਣੇ ਰੈਫਰੈਂਡਮ ਸਾਧ ਮਤ ਨਹੀਂ ਹੈਗਾ, ਉਹ ਸਾਧਨ ਵੀ ਸਿੱਖ ਇੱਕ ਮੰਗਦੇ ਨੇ। ਸੋ ਇਸ ਵਾਸਤੇ ਮੈਂ ਸਮਝਦਾ ਕਿ ਜਿਹੜੀ ਸਾਰੀਆਂ ਔਰਗਨਾਈਜੇਸ਼ਨਸ ਨੇ ਉੱਥੇ ਸਾਰਿਆਂ ਨੂੰ ਰਲ ਮਿਲ ਕੇ ਇਹ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਦਾ ਜਿਹੜਾ ਜੋ ਇਸ਼ੂਜ਼ ਆਏ ਨੇ ਉਹਦੇ ਵਿੱਚ ਇਸ ਗੱਲ ਬਾਰੇ ਤਾਂ ਸੁਚੇਤ ਹੋ ਕੇ ਸੁਚੇਤ ਰੂਪ ਦੇ ਵਿੱਚ ਇਹ ਗੱਲ ਸਾਨੂੰ ਸੋਚਣੀ ਚਾਹੀਦੀ ਹੈ ਕਿ ਜੇਕਰ ਕੱਲ੍ਹ ਨੂੰ ਯੂਐਨਓ ਸਾਨੂੰ ਮੈਂਬਰ ਡਿਸਕਸ ਕਰਨ ਵਾਸਤੇ ਬੁਲਾਉਂਦਾ ਤਾਂ ਅਸੀਂ ਕੀ ਕਹਿਣਾ ਉੱਥੇ, ਬਿਲਕੁਲ ਸਾਡਾ ਕੇਸ ਕੀ ਹੈ? ਬਿਲਕੁਲ ਉਹਨਾਂ ਨੇ ਇਹੀ ਗੱਲ ਕਹੀ ਵੀ ਜੇ ਤੁਹਾਨੂੰ ਬੁਲਾ ਲੈਣਗੇ ਤੁਹਾਡੀ ਤਿਆਰੀ ਕੀ ਹੈਗੀ ਹੈ। ਵੀ ਉਹਨੇ ਇਹ ਗੱਲ ਇਹ ਵੀ ਕਹੀ ਹੈ ਵੀ ਸਿੱਖ ਜਿਹੜੇ ਹੈਗੇ ਆ ਨਾ ਜੀ ਆਪਣਾ ਕੰਮ ਸ਼ੁਰੂ ਕਰ ਲੈਂਦੇ ਆ ਸੋਚਦੇ ਬਾਅਦ 'ਚ ਹੈ, ਜਦਕਿ ਜਿਹੜੇ ਹੋਰ ਲੋਕ ਨੇ ਜਾਂ ਉਹਨਾਂ ਨੇ ਵੈਸਟਰਨ ਜਿਹੜੇ ਲੋਕ ਹੈ ਉਹਨਾਂ ਦੀ ਗੱਲ ਕੀਤੀ ਵੀ ਉਹ ਸਾਰਾ ਪਲੈਨ ਕਰ ਲੈਂਦੇ ਆਪਣਾ ਫਿਰ ਉਹ ਕੰਮ ਕਰਦੇ ਆ। ਸੋ ਇਹ ਗੱਲ ਹੈ ਵੀ ਉਹ ਤਿਆਰੀ ਸਿੱਖਾਂ ਕੋਲ ਵੀ ਹੈ ਨਹੀਂ ਹੈ ਵੀ ਉਹਨਾਂ ਨੇ ਉੱਥੇ ਗੱਲ ਜਿਹੜੀ ਹੈ ਉਹਦੇ ਵਿੱਚ ਗੱਲ ਕਹੀ। ਇੱਕ ਠੀਕ ਹੈ ਗੱਲ, ਕਈ ਵਾਰੀ ਨਾ ਜੀ ਕੀ ਹੁੰਦਾ ਕਿ ਗੱਡਾ ਗੱਡੇ ਅੱਗੇ ਬਲਦ ਹੈ ਕਿ ਬਲਦ ਪਿੱਛੇ ਬੰਨਿਆ ਹੋਇਆ ਹੈ, ਟਾਂਗੇ ਪਿੱਛੇ ਹੈ ਘੋੜਾ ਕਿ ਅੱਗੇ ਹੈ, ਗੱਲ ਤਾਂ ਦੋਨੋਂ ਜਿਹੜੀਆਂ ਨੇ ਉਹ ਜਿਹੜੀ ਪਿੱਛੇ ਘੜਾ ਘੋੜਾ ਬਣਨ ਗਲਤ ਹੈ, ਘੋੜੇ ਲੱਗੇ ਰਹਿਣਾ। ਸਵਾਲ ਇਹ ਹੈ ਵੀ ਅਸੀਂ ਅਗਰ ਫਿਜ਼ੀਕਲ ਆਪਣਾ ਕੇਸ ਤਿਆਰ ਕਰਨਾ ਹੈ ਤਾਂ ਸਾਡਾ ਕੇਸ ਕੀ ਹੈ? ਦੇਖੋ ਮੈਨੂੰ ਯਾਦ ਹੈ ਜਦੋਂ ਜਿਹੜੀ ਯੂਐਨਓ ਦੀ ਗੱਲ ਚੱਲੀ ਸੀ, ਜਦੋਂ ਮਈ 1948 ਦੇ ਵਿੱਚ ਯੂਐਨਓ ਦੇ ਵਿੱਚ ਫਲਸਤੀਨ ਅਤੇ ਇਹਦਾ ਝਗੜਾ ਹੋਇਆ, ਇਜ਼ਰਾਈਲ ਦਾ ਯੂਐਨਓ 'ਚ ਫੈਸਲਾ ਹੋਇਆ, ਅਤੇ ਬੜੇ ਬੜੇ ਵੱਡੇ ਡਿਪਲੋਮੈਟਸ ਬੜੇ ਬੜੇ ਜਿਹੜੇ ਐਕਸਲੈਂਟ ਬ੍ਰੇਨ ਜਿਹੜੇ ਸੀਗੇ ਉਹਨੇ ਜਾ ਕੇ ਆਪਣਾ ਕੇਸ ਪੇਸ਼ ਕੀਤਾ ਵੀ ਸਾਡੇ ਨਾਲ ਵਰਲਡ ਵਾਰ 'ਚ ਕੀ ਹੋਇਆ, ਸਰ ਉਸ ਤੋਂ ਪਿੱਛੇ ਕੀ ਹੋਇਆ, ਸਾਡੇ ਨਾਲ ਕਿਸ ਤਰ੍ਹਾਂ ਦੇ ਸਾਡੇ ਜੇ ਪੋਗਰੋਮਸ ਕਹਿੰਦੇ ਨੇ ਜੀ, ਕਤਲੇ ਸਮੂਹ ਕਤਲੇਆਮ ਵੀ ਕਿਵੇਂ ਸਾਡੇ ਨਾਲ ਦੁੱਖ ਹੁੰਦੇ ਆ ਰਹੇ ਸੀ, 2000 ਸਾਲ ਤੋਂ ਇੱਕ ਤਰ੍ਹਾਂ ਦਾ ਸੰਤਾਪ ਹੰਡਾਉਂਦੇ ਆ ਰਹੇ ਆ, ਅਤੇ ਸਾਡੇ 'ਤੇ ਹਿਟਲਰ ਨੇ ਆਹ ਕੀਤਾ, ਬੜਾ ਕੁਝ ਦੱਸਿਆ ਕਿ ਸਰ। ਅਤੇ ਆਮ ਤੌਰ 'ਤੇ ਕਿਹਾ ਜਾਂਦਾ ਕਿ ਜਿਹੜਾ ਇਜ਼ਰਾਈਲ ਹੈ ਉਹ ਉਸ ਵਰਲਡ ਸਿੱਖ ਜਿਹੜੀ ਵਰਲਡ ਵਾਰ ਹੋਈ ਉਸ ਦੀ ਜਿਹੜੀ ਜ਼ੁਲਮ ਹੋਏ ਉਸ ਦੀ ਦਰ 'ਚੋਂ ਨਿਕਲਿਆ। ਸਿਮਿਲਰਲੀ ਸਿੱਖ ਵੀ ਦਰਦ ਹਟਾਈ ਬੈਠੇ ਨੇ, ਹੈ ਨਾ ਜੀ। ਇਸ ਵਾਸਤੇ ਕੇਸ ਕਿਸ ਤਰ੍ਹਾਂ ਪੇਸ਼ ਕਰਨਾ ਹੈ ਇਸ ਬਾਰੇ ਵਧੇਰੇ ਵਿਚਾਰ ਕਰਨ ਦੀ ਲੋੜ ਹੈ ਇਸ ਵੇਲੇ। ਯੂਐਨਓ ਦਾ ਚਲੋ ਗੱਲ ਚੱਲ ਰਹੀ ਹੈ ਆਪਾਂ ਚਲੋ ਉੱਥੇ ਕਰਦੇ ਨਾ, ਯੂਐਨਓ ਦਾ ਜਿਹੜਾ ਹੁਣ ਇਜ਼ਰਾਈਲ ਦੇ ਹਵਾਲੇ ਦੇ ਨਾਲ ਆਪਾਂ ਹਾਲ ਦੇਖੀਏ ਵੀ ਉਹ ਜੋ ਆਪਣੀ ਭੂਮਿਕਾ ਨਿਭਾ ਰਿਹਾ ਯੂਐਨਓ ਦੇ, ਹੁਣ ਲੋਕ ਇਹ ਕਹਿੰਦੇ ਵੀ ਨਵੀਂ ਯੂਐਨਓ ਆਉਣੀ ਚਾਹੀਦੀ ਹੈ, ਇੱਥੇ ਤਾਂ ਗੱਲਾਂ ਹੋਣੀਆਂ ਸ਼ੁਰੂ ਹੋਣ ਲੱਗ ਪਈਆਂ ਵੀ ਉਹਨਾਂ ਦਾ ਜਿਹੜਾ ਰੋਲ ਹੈ ਉਹ ਆਪਣਾ ਸਹੀ ਨਹੀਂ ਚੱਲ ਰਿਹਾ। ਸੋ ਫਿਰ ਉਸ ਹਾਲਾਤ ਦੇ ਵਿੱਚ ਯੂਐਨਓ ਤੋਂ ਆਸ ਰੱਖੀ ਜਾ ਸਕਦੀ ਹੈ ਵੀ ਉਹ ਕਰਨਗੇ ਇਹ? ਦੇਖੋ ਜਦ ਤੱਕ ਕੋਈ ਨਵੀਂ ਔਰਗਨਾਈਜੇਸ਼ਨ ਨਹੀਂ ਆਉਂਦੀ ਨਾ ਜੀ, ਉਹ ਤੱਕ ਤਾਂ ਇਹਨਾਂ ਨਾਲ ਕੰਮ ਚਲਾਉਣਾ ਪਏਗਾ ਨਾ ਜੀ। ਆਫਟਰ ਵਰਲਡ 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 ਕੰਟਰੀ ਦਾ ਮੰਚ ਤਾਂ ਹੈ ਨਾ ਜੀ, ਵਰਲਡ ਨੇਸ਼ਨ ਦਾ ਜੀ ਜੀ। ਦੇਖੋ ਜਦੋਂ ਪਹਿਲੀ ਵਰਲਡ ਵਾਰ ਖਤਮ ਹੋਈ ਤਾਂ ਲੀਗ ਆਫ ਨੇਸ਼ਨਸ ਆਈ, ਉਦੋਂ ਮੁੱਢਲੇ 13 ਮੈਂਬਰ ਬਣੇ ਸੀ, ਬਾਅਦ 77 ਹੋ ਗਏ। ਫਿਰ ਉਸ ਤੋਂ ਬਾਅਦ ਜਦੋਂ ਸੈਕਿੰਡ ਵਰਲਡ ਵਾਰ ਖਤਮ ਹੋਈ ਯੂਐਨਓ ਬਣਿਆ, ਹੁਣ ਇਸ ਨੂੰ ਵੀ ਇਹ ਮਤਲਬ 46-46-45 ਬਣਿਆ ਸੀਗਾ, ਉਸ ਤੋਂ ਬਾਅਦ 9 ਸਾਲ ਹੋ ਗਏ ਨੇ। ਬਟ ਯੂਐਨਓ ਇਸ ਵੇਲੇ ਬੜਾ ਕਮਜ਼ੋਰ ਸਾਬਤ ਹੋ ਰਿਹਾ ਨਾ, ਜੇ ਆਪਾਂ ਟੂਥਲੈਸ ਟਾਈਗਰ ਕਹਿੰਦੇ ਹਾਂ ਕਿ ਉਹਦਾ ਪ੍ਰਵਾਹੀ ਕੋਈ ਨਹੀਂ ਕਰਦਾ, ਕਿ ਵੀਟੋ ਪਾਵਰਸ ਨੇ, 6 ਪਾਵਰਸ ਨੇ, ਜਿਵੇਂ ਹੁਣ ਦੇਖੋ ਇਜ਼ਰਾਈਲ ਤੱਕ ਪਲਿਸ ਦਾ ਮੁੱਦਾ ਚੱਲ ਰਿਹਾ ਅਤੇ ਯੂਐਸਏ ਨੇ ਵੀਟੋ ਪਾਵਰ ਵਰਤੀ। ਸੋ ਕੁਛ ਐਸੇ ਇਸ਼ੂਜ ਨੇ ਜਿਹੜੇ ਕਿ ਯੂਐਨਓ ਨੂੰ ਵਰਤਣਾ ਚਾਹੀਦਾ ਹੈ ਕਿ ਉਹ ਲੋਕਾਂ ਦੀ ਜਿਹੜੀ ਨੁਮਾਇੰਦਗੀ ਹੈ ਕਰਕੇ ਲੋਕਾਂ ਨੂੰ, ਜਿਵੇਂ ਯੂਐਨਓ ਅਤੇ ਜੋ ਯੂਕਰੇਨ ਅਤੇ ਯੂਐਸਐਸਆਰ ਦੀ ਲੜਾਈ ਚੱਲ ਰਹੀ ਹੈ ਰਸ਼ੀਆ ਦੀ, ਉਹ ਮਸਲਾ ਕੋਈ ਹੱਲ ਨਹੀਂ ਹੋਇਆ ਜੀ। ਸੋ ਮੈਂ ਸੋਚਦਾ ਕਿ ਟੂਥਲੈਸ ਟਾਈਗਰ ਨੂੰ ਅਸਲ ਤਾਕਤ ਦੇਣੀ ਚਾਹੀਦੀ ਹੈ, ਸਾਰੇ ਦੇਸ਼ਾਂ ਨੂੰ ਉਸ ਦੀ ਜਿਹੜੀ ਗੱਲ ਮੰਨ ਕੇ ਆਪਣੇ ਵਰਲਡ ਪੀਸ ਵਾਸਤੇ ਔਰ ਵਰਲਡ ਦੀ ਜਿਹੜੀ ਇੱਕ ਬਿਹਤਰ ਭਵਿੱਖ ਵਾਸਤੇ ਗੱਲ ਕਰਨੀ ਚਾਹੀਦੀ ਹੈ। ਉਸ ਦੇ ਵਿੱਚ ਸਿੱਖਾਂ ਦਾ ਅਗਰ ਆਉਂਦਾ ਤਾਂ ਕੋਈ ਹਰਜ ਨਹੀਂ, ਦੇਖੋ ਨਿੱਜਰ ਦੇ ਮਾਮਲੇ 'ਚ ਇੱਕ ਤਾਂ ਹੋਰ ਗੱਲ ਬੜੀ ਦੇਵ ਜੀ ਬੜੀ ਹੈ ਤਾਂ ਚਲੋ ਜਦੋਂ ਅਸੀਂ ਕੋਈ ਟੁੱਟੇ ਹੁੰਦੇ ਹਾਂ ਜਾਂ ਕਿਸੇ ਪ੍ਰੋਬਲਮ ਹੁੰਦੀ ਆ, ਸਾਨੂੰ ਕਿਤੇ ਵੀ ਥੋੜ੍ਹੀ ਗੱਲ ਬਣਦੀ ਉਹਨੂੰ ਆਸਤਾ ਕਿਰਨ ਮਿਲ ਜਾਂਦੀ ਹੈ, ਜੇ ਆਪਾਂ ਕਹਿੰਦੇ ਹਾਂ ਵੀ ਟਿਨਕੇ ਦਾ ਸਹਾਰਾ ਮਿਲ ਜਾਂਦਾ। ਹੁਣ ਜਿਵੇਂ ਨਿੱਜਰ ਸਾਹ ਦਾ ਕਤਲ ਹੋਇਆ, ਹਰਦੀਪ ਸਿੰਘ ਨਿੱਜਰ ਦਾ, ਉਹਦੇ ਨਾਲ ਜਿਹੜਾ ਯੂਐਨਓ ਇਹਨਾਂ ਨੇ ਜਿਹੜਾ ਕੈਨੇਡਾ ਨੇ ਮਿਸਟਰ ਜਸਟਿਨ ਟਰੂਡੋ ਨੇ ਉਹ ਪ੍ਰਸਟੈਂਡ ਲਿਆ ਔਰ ਹਿੰਦੁਸਤਾਨ ਨਾਲ ਝਗੜਾ ਹੋ ਗਿਆ। ਹੁਣ ਉਹਦੇ 'ਚ ਸਿੱਖਾਂ ਦੀ ਗੱਲ ਤਾਂ ਵਧੀਆ ਨਾ ਜੀ ਗੱਲ, ਔਰ ਅਸੀਂ ਇਸ ਗੱਲ ਬਾਰੇ ਜਿਹੜੀ ਸਾਡੀ ਪ੍ਰਾਪਤੀ ਵੀ ਹੈ ਕਿ ਇੰਨੇ ਸਾਲਾਂ ਦੇ ਵਿੱਚ ਸਾਡੇ ਸਿੱਖਾਂ ਨੇ ਜਿਵੇਂ ਜਿਵੇਂ ਬਾਹਰ ਜਾ ਕੇ ਜੇ ਇੱਥੇ ਵੀ ਲੋਕ ਜਿਹੜੀ ਔਰਗਨਾਈਜੇਸ਼ਨ ਨੇ ਵੀ ਇੱਕ ਤਰ੍ਹਾਂ ਦਾ ਦੁਨੀਆ ਦੇ ਉੱਤੇ ਇੱਕ ਤਰ੍ਹਾਂ ਦਾ ਇਹ ਹੈ ਕਿ ਮੈਸੇਜ ਚਲਾ ਗਿਆ ਹੋਇਆ ਵੀ ਸਿੱਖ ਹੈਵ ਸਮ ਪ੍ਰੋਬਲਮਸ ਵਿਦ ਇੰਡੀਅਨ ਗੌਰਮੈਂਟ, ਚਾਹੇ ਕਿਸ ਤਰ੍ਹਾਂ ਦੀ ਅੰਦਰੂਨੀ ਨੇ ਜਾਂ ਬਾਹਰੀ ਦਾ, ਚਾਹੇ ਦੇਸ਼ ਹਰ ਦੇਸ਼ ਦੀ ਲੜ ਲੜਦੀ, ਜਿਵੇਂ ਆ ਕੇ ਕੋਈ ਵੀ ਉਸਦੇ ਨੌਜਵਾਨ ਆਜ਼ਾਦੀ ਦੀ ਗੱਲ ਕਰਦੇ ਨੇ ਨਾ ਜੀ, ਮੈਸੇਜ ਤਾਂ ਕਿਹਾ ਹੋਇਆ। ਬਟ ਸਵਾਲ ਹੈ ਵੀ
ਇਹ ਹੈਗਾ ਪ੍ਰੈਸ਼ਰ ਕਿਵੇਂ ਬਣੇ। ਦੇਖੋ ਮੈਂ ਜਦੋਂ ਮੈਂ ਜੇਲ੍ਹ ਸੀਗਾ ਜਦੋਂ ਐਕਸਲ ਵਿੱਚ ਕਿਤਾਬ ਇੱਕ ਸੀ ਨਾ ਜਿਹੜੀ ਯੂਐਸ ਦੀ ਹਿਸਟਰੀ ਦੀ ਆਫਿਸ ਯੂਜ ਮੈਂ ਪੜ੍ਹੀ ਉਹ ਔਰ ਉਹ 'ਚ ਮਤਲਬ ਮਹਿਸੂਸ ਕੀਤਾ ਕਿ ਉਹ ਕਿਸ ਢੰਗ ਦੇ ਉਹਨਾਂ ਨੇ ਇੱਕ ਲਹਿਰ ਬਣਾਈ। ਅੱਜ ਜਦੋਂ ਇਜ਼ਰਾਈਲ ਅਤੇ ਫਲਸਤੀਨ ਲੜਾਈ ਲੜੀ ਹੋਈ ਹੈ ਤਾਂ ਸਾਡੇ ਉਹ ਕਹਿੰਦੇ ਵੀ ਜਿਹੜਾ ਇਜ਼ਰਾਈਲ ਬਾਹਰੋਂ ਆ ਕੇ ਫਸ ਗਿਆ ਜਦੋਂ ਧਰਤੀ ਉਹਨਾਂ ਦੀ ਸੀ ਉਹ ਧਰਤੀ 'ਤੇ ਕਬਜ਼ਾ ਕਰ ਲਿਆ ਫਲਸਤੀਨੀਆਂ ਨੇ ਜਾਂ ਮੁਸਲਮਾਨਾਂ ਨੇ ਜਾਕਰ ਡਿਵੈਲਪ ਕੀਤੀ ਜਾਤੀ ਔਰ ਫਿਰ ਦੀਗਰ ਤਰੀਕੇ ਨਾਲ ਲਈ। ਸੋ ਪ੍ਰੈਸ਼ਰ ਬਣਾਉਣਾ ਬੜਾ ਜ਼ਰੂਰੀ ਹੈ। ਦੇਖੋ ਨਾ ਇਸ ਦਿਮਾਗਾਂ ਲੜਾਈ ਹੈ ਭਾਈ ਸਾਹਿਬ, ਲੜਾਈ ਸਟ੍ਰੈਟੇਜਿਕ ਵਾਰਫੇਅਰ ਵੀ ਆ ਗਈ ਹੈ। ਤੁਸੀਂ ਸਟ੍ਰੈਟੇਜੀ ਕੀ ਤੁਹਾਡੇ ਕੋਲ, ਤੁਹਾਡਾ ਡਿਪਲੋਮੈਟਿਕ ਬ੍ਰੇਨ ਕੀ ਕੰਮ ਕਰਦਾ ਹੈ, ਤੁਹਾਡਾ ਇੰਟਲੈਕਚੁਅਲ ਬ੍ਰੇਨ ਕੀ ਹੈ, ਤੁਹਾਡੀ ਇਤਿਹਾਸ ਨੂੰ ਤੁਸੀਂ ਕਿਵੇਂ ਅੱਜ ਦੇ ਸੰਦਰਭ 'ਚ ਅੱਗੇ ਪੇਸ਼ ਕਰਦੇ ਹੋ, ਤੁਹਾਡੀ ਤੁਹਾਡੇ ਕੋਲ ਇਕਨੋਮਿਕ ਸ਼ਕਤੀ ਕੀ ਹੈ, ਤੁਹਾਡੇ ਕੋਲ ਦੁਨੀਆ ਦਾ ਬੈਲੈਂਸ ਕਿੱਥੇ ਹੈ। ਹੁਣ ਯਹੂਦੀਆਂ ਨੂੰ ਕਿਉਂ ਨਹੀਂ ਦੁਨੀਆ ਜਿਹੜੀ ਹੈ ਜਿਹੜੀ ਵੈਸਟ ਕਿਉਂ ਉਹਨਾਂ ਦੇ ਨਾਲ ਨੇ, ਅਮੈਰੀਕਾ ਕਿਉਂ ਉਹਨਾਂ ਨਾਲ ਹੈ, 55 ਲੱਖ ਯਹੂਦੀ ਅਮੈਰੀਕਾ 'ਚ ਰਹਿੰਦਾ। ਸੋ ਜਦੋਂ ਉਹ ਦੇਖਦੇ ਕਿ ਉਹਨਾਂ ਕੋਲ ਬੜਾ ਵੱਡਾ ਬੈਲੈਂਸ ਹੈ, ਬੜੀ ਤਾਕਤ ਉਹਨਾਂ ਦੀ, ਸੋ ਇਹ ਹੈ ਦਿਸ਼ ਕਿ ਸਿੱਖ ਉਸ ਤੱਕ ਪਹੁੰਚ ਸਕਦੇ ਨੇ। ਜਿਹੜਾ ਤੁਸੀਂ ਚੀਮਾ ਸਾਹਿਬ ਦੀ ਗੱਲ ਕਰਦੇ ਹੋ, ਜਦੋਂ ਉਹਦੇ 'ਚ ਉਹਦੇ ਪਿੱਛੇ ਗੱਲ ਇਹ ਵੀ ਇੱਕ ਮੈਂ ਮਹਿਸੂਸ ਕਰਦਾ ਕਿ ਕਿਤਨਾ ਕਿਤੇ ਉਹਨਾਂ ਦਾ ਹਿਡਨ ਮਾਈਂਡ 'ਚ ਇਹ ਗੱਲ ਪੜ੍ਹੀ ਹੈ ਵੀ ਤੁਸੀਂ ਇੱਕ ਤਰੀਕੇ ਨਾਲ ਡਿਪਲੋਮੈਟਿਕ ਲੜਾਈ ਲੜੋ, ਠੀਕ ਹੈ ਨਾ, ਤੁਸੀਂ ਸਾਈਕੋਲੋਜੀਕਲ ਵਾਰ ਲੜੋ। ਬਿਲਕੁਲ, ਉਹ ਵੀ ਗੱਲ ਕਹਿ ਰਹੇ ਨੇ ਵੀ ਉਹ ਕਹਿੰਦੇ ਵੀ ਹੁਣ ਹਥਿਆਰਾਂ ਦਾ ਤਾਂ ਜ਼ਮਾਨਾ ਨਹੀਂ ਹੈਗਾ, ਜਦੋਂ ਵੀ ਗੱਲ ਆਉਣੀ ਗੱਲ ਵੋਟਿੰਗ 'ਤੇ ਮੁੱਕਣੀ ਹੈ, ਵੋਟਾਂ ਹੋਣੀਆਂ ਜਾ ਕੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ, ਤਾਂ ਤੁਹਾਡਾ ਉੱਥੇ ਕੀ ਸਟੈਂਡ ਹੈਗਾ, ਤੁਸੀਂ ਕੀ ਕਰ ਰਹੇ ਹੋ, ਤੁਸੀਂ ਤਾਂ ਹਰ ਇੱਕ ਬੰਦੇ ਨੂੰ ਕੁੱਤਾ ਬਿੱਲਾ ਕਹਿ ਦਿੰਦੇ ਹੋ। ਮੈਂ ਆਪਣੀ ਇੱਕ ਗੱਲ ਮੈਂ ਥੋੜ੍ਹੀ ਪੂਰੀ ਕਰਾਂ ਵੀ ਆਪਣੀ ਇੱਕ ਪਿੱਛੇ ਜੇ ਵੀਡੀਓ ਆਈ ਅਤੇ ਅਸੀਂ ਉਹਦੇ 'ਚ ਤੁਸੀਂ ਕਿਹਾ ਵੀ ਜੇ ਟਰੂਡੋ ਸਾਹਿਬ ਨੇ ਉਹ ਲਾਇਆ ਤਾਂ ਉਹਨਾਂ ਨੂੰ ਆਪਣੇ ਸਬੂਤ ਪੇਸ਼ ਕਰ ਦੇਣੇ ਚਾਹੀਦੇ ਆ, ਤਾਂ ਬਹੁਤ ਸਾਰੇ ਮੈਸੇਜ ਉਸ ਵੀਡੀਓ ਦੇ ਥੱਲੇ ਆਏ ਆ ਵੀ ਇਹ ਤਾਂ ਏਜੰਟ ਹੈ ਜਾਂ RSS ਦੇ ਆ ਉੱਪਰ, ਮਤਲਬ ਆਇਆ ਵੀ ਸਾਡੀ ਤਾਂ ਕੌਮ ਦੇ ਵਿੱਚ ਮਾੜੀ ਜਿਹੀ ਗੱਲ ਤੁਸੀਂ ਕਰੋ ਤਾਂ ਤੁਸੀਂ ਫਿਰ ਕੀ ਤੁਹਾਨੂੰ ਟੈਗ ਮਿਲਣੇ ਸ਼ੁਰੂ ਹੋ ਜਾਂਦੇ ਨੇ। ਉਹ ਹੀ ਤਾਂ ਗੱਲ ਹੈ ਨਾ ਜੀ, ਇਹਨਾਂ ਹਾਲਾਤ ਕਸ਼ੀਦਗੀ ਭਰੇ ਇਸ ਤਰ੍ਹਾਂ ਦੇ ਨੈਗੇਟਿਵ ਔਰ ਜਿਹੜੇ ਨਕਾਰਾਤਮਕ ਹਾਲਾਤ ਤੁਸੀਂ ਕਿਵੇਂ ਵਧੋਗੇ ਅੱਗੇ, ਦੁਖਾਂ ਤਾਂ ਹੀ ਹੈ ਨਾ ਭਾਈ ਸਾਹਿਬ। ਹੁਣ ਜਦੋਂ ਮੈਂ ਇਹਦੀ ਗੱਲ ਕਰ ਰਿਹਾ ਸੀ, ਜਦੋਂ ਇਹ ਗੱਲ ਆਈ ਤਾਂ ਸਾਡੇ 'ਚ ਬੜਾ ਉਤਸ਼ਾਹ ਪੈਦਾ ਹੋ ਗਿਆ। ਜਿੱਦਾਂ ਵਿਦਵਾਨਾਂ ਲਿਖਿਆ ਹੁਣ ਦੇਖੋ ਸਾਡਾ ਬੜਾ ਵੱਡਾ ਇਸ਼ੂ ਮਿਲੇਗਾ ਦੁਨੀਆ 'ਚ, ਸਾਡਾ ਡਿਸਕਸ ਹੋਏਗਾ ਵਗੈਰਾ ਵਗੈਰਾ ਹੋਏਗਾ। ਪਰ ਜਦੋਂ ਵੋਟਿੰਗ ਦੀ ਗੱਲ ਕਰਦੇ ਹੋ, ਡੈਮੋਕ੍ਰੇਸੀ ਦੀ ਗੱਲ ਤਾਂ UNO 'ਚ ਵੋਟਿੰਗ ਦੀ ਹੈ ਨਾ ਜੀ, ਅਤੇ UNO ਦੇ ਜਿਹੜੇ ਤੁਹਾਡੇ ਅਗਰ ਫਸ ਗਏ ਕੱਲ੍ਹ ਨੂੰ ਤੁਹਾਡਾ ਇਸ਼ੂ ਜਿਹਾ ਵੋਟਿੰਗ 'ਤੇ ਆ ਜਾਂਦਾ ਹੈ, ਯੂ ਆਰ ਇਨ ਸਪੋਰਟ ਆਫ ਖਾਲਿਸਤਾਨ ਔਰ ਸਿੱਖਸ, ਤਾਂ ਉਹਦੇ 'ਚ ਤੁਹਾਡੀ ਵੋਟਿੰਗ ਕਿੱਥੇ ਜਾਂਦੀ ਹੈ, ਹੂ ਵਿਲ ਸਪੋਰਟ ਯੂ। ਸੋ ਮੈਂ ਸਮਝਦਾ ਕਿ ਇੱਥੇ ਬੜਾ ਵਰਕ ਕਰਨ ਦੀ ਲੋੜ ਹੈ, ਇਹ ਸੰਜੀਦਾ ਇਸ਼ੂਜ਼ ਨੇ ਘੱਟੋ ਘੱਟ। ਸਾਨੂੰ ਮੈਂ ਸਮਝਦਾ ਕਿ ਇੱਕ HPC ਅਤੇ ਵਰਲਡ ਸਿੱਖ ਪਾਰਲੀਮੈਂਟ ਦੋ ਐਸੇ ਮੰਚ ਨੇ ਜਿੱਥੇ ਇਹੋ ਜਿਹੀਆਂ ਗੰਭੀਰ ਗੱਲਾਂ ਹੋਣੀਆਂ ਚਾਹੀਦੀਆਂ ਨੇ ਭਾਈ ਸਾਹਿਬ। ਉੱਥੇ ਵੀ ਜੇਕਰ ਜਜ਼ਬਾਤੀ ਅਤੇ ਜੇਕਰ ਤੁਸੀਂ ਇਸ ਆਪਸੀ ਫੁੱਟ ਦੀ ਜਾਂ ਆਪਸੀ ਜਿਹੜੀ ਗੱਲ ਤਣਾਅ ਦੀ ਗੱਲ ਕਰੋਗੇ ਤਾਂ ਤੁਸੀਂ ਕਿੱਥੇ ਪਹੁੰਚੋਗੇ। ਇੱਕ ਮੈਂ ਗੱਲ ਤੁਹਾਨੂੰ ਹੋਰ ਮੇਰੇ ਮਨ 'ਚ ਆ ਰਹੀ ਵੀ ਜਿੱਦਾਂ ਉਹਨਾਂ ਨੇ ਉੱਥੇ ਸੈਸ਼ਨ ਕੀਤਾ ਪਾਰਲੀਮੈਂਟ ਦਾ, ਅਤੇ ਉੱਥੇ ਬੈਠ ਕੇ ਉਹ ਜੋ ਵੀ ਗੱਲਾਂ ਕਰ ਦਿੰਦਾ ਉਹਨਾਂ ਦਾ ਅਸਰ ਤਾਂ ਪੰਜਾਬ ਦੇ ਵਿੱਚ ਬੈਠੇ ਸਿੱਖਾਂ 'ਤੇ ਪੈਂਦਾ ਹੈ, ਅਤੇ ਜਦੋਂ ਵੱਖਰੇ ਰਾਜ ਦੀ ਗੱਲ ਕਰਦੇ ਨੇ ਕੁਛ ਵੀ ਜਿਹੜੇ ਇੱਥੇ ਸਿੱਖ ਹੈ ਉਹਨਾਂ ਦੇ ਵਿੱਚ ਕਈ ਨਾ ਕਈ ਵਾਰੀ, ਹੁਣ ਜਿੱਦਾਂ ਦਾ ਮਾਹੌਲ ਬਣ ਗਿਆ ਕੈਨੇਡਾ ਔਰ ਭਾਰਤ ਦਾ, ਅਤੇ ਉਹ ਵੀ ਇੱਕ ਨਾ ਭਾਰਤ ਦੇ ਸਾਰੇ ਜਿੰਨੇ ਵੀ ਬਹੁਤ ਗਿਣਤੀ ਹੈਗੇ ਉਹੀ ਸਮਝਦਾ ਵੀ ਕੈਨੇਡਾ ਨਾਲ ਜਿਹੜਾ ਸਾਡਾ ਸੰਬੰਧ ਵਿਗੜਿਆ ਉਹ ਸਿੱਖਾਂ ਕਰਕੇ ਵਿਗੜਿਆ ਹੈ, ਚਾਹੇ ਕਾਰਨ ਕੁਛ ਵੀ ਹੋਵੇ ਤਾਂ ਮੇਨ ਹੁਣ ਸਿੱਖਾਂ ਦਾ ਬਣ ਗਿਆ, ਕੋਈ ਡਰ ਦੀ ਭਾਵਨਾ ਪੈ ਜਾਂਦੀ ਬਾਹਰ ਜਿਹੜੀਆਂ ਇਹੋ ਜਿਹੀਆਂ ਗਰਮ ਜਿਹੇ ਬਿਆਨ ਦੇ ਦੇਣੇ ਉਹਦੇ ਨਾਲ ਇੱਥੇ ਇੱਥੇ ਦੀ ਜਿਹੜੀ ਜਨਤਾ ਜਿਹੜੀ ਹੈ ਉਹਦੇ 'ਤੇ ਕਾਫੀ ਅਸਰ ਪੈਂਦਾ। ਦੇਖੋ ਜਿਹੜਾ ਉਹ ਜਿਹੜੇ 40-41 ਕੌਂਸਲੇਟ ਜਿਹੜੇ ਨੇ ਡਿਪਲੋਮੈਟ ਵਾਪਸ ਕਰਦੇ ਨੇ ਸਾਰਾ ਕੁਛ ਹੋ ਰਿਹਾ, ਉਹਦੇ ਨਾਲ ਸਿੱਖ ਬੜੇ ਵਿਰਲਾਪ ਕਰ ਰਹੇ ਨੇ ਵੀ ਸਾਡੇ ਵਿਆਹ ਹੋ ਰਹੇ ਸੀਗੇ, ਅਸੀਂ ਜਾਣਾ ਸੀ ਉੱਥੇ, ਸਾਡਾ ਹੋ ਗਿਆ, ਅਸੀਂ ਬੜੇ ਵੀਜ਼ੇ ਲਏ ਹੋਏ ਸੀਗੇ, ਬੜਾ ਸਾਡਾ ਖਰਚ ਹੋ ਗਿਆ ਪੈਸਾ, ਇੱਕ ਤਾਂ ਕਰ ਰਹੇ ਨੇ। ਇਹ ਨੇਚੁਰਲੀ ਹੈ, ਜਦੋਂ ਕੁਛ ਰਿਲੇਸ਼ਨ ਖਰਾਬ ਹੁੰਦੇ ਨੇ ਕੋਈ ਨਾ ਕੋਈ ਤਾਂ ਵਿਕਟਿਮ ਬਣਦਾ ਹੀ ਹੈ ਨਾ ਜੀ। ਹੋਰ ਜੇ ਪੰਜਾਬ ਸਿੱਖ ਦੇ ਹੋਰ ਜਾ ਰਹੇ, ਹੋਰ ਜਾ ਰਹੇ ਹੋਰ ਦੁਨੀਆ ਦੇ ਦੇਸ਼ਾਂ ਦੇ ਉਹਨਾਂ 'ਚ ਭਾਵੇਂ ਨਹੀਂ, ਉਹਨਾਂ ਦੀ ਪ੍ਰੋਬਲਮ ਹੈਗੀ, ਲੇਕਿਨ ਪੰਜਾਬ ਦੀ ਪ੍ਰੋਬਲਮ ਹੈਗੀ ਹੈ। ਪਰ ਸਵਾਲ ਮੈਂ ਫਿਰ ਵੀ ਗੱਲ ਕਰਦਾ ਵੀ ਜਦੋਂ ਇਹੋ ਜਿਹੇ ਹਾਲਾਤ ਬਣਦੇ ਨੇ ਤਾਂ ਸਿੱਖ ਉਹਨਾਂ ਨੂੰ ਆਪਾਂ ਐਨਕੈਸ਼ ਕਿਵੇਂ ਕਰਾਉਣਗੇ। ਹੁਣ ਇਹ ਤਾਂ ਪ੍ਰੋਬਲਮ ਨਜ਼ਰ ਆਉਂਦੀ ਹੈ ਵੀ ਟਰੂਡੋ ਦੇ ਇੰਡੀਆ ਦੀ ਉਹਨਾਂ ਦੇ ਇੱਕ ਨਾਗਰਿਕ ਉਹਨਾਂ ਦੇ ਮਾਰ ਦਿੱਤਾ ਅਤੇ ਉਹ ਆਪਾਂ ਭੜਕ ਗਏ ਔਰ ਬੜੇ ਕੋਈ ਇਸ਼ੂਜ਼ ਹੈਗੇ ਨੇ ਔਰ ਬੜੀਆਂ ਹੋਰ ਦੀਵਾਰਾਂ ਪੈਣਗੀਆਂ, ਤਰੇੜਾਂ ਪੈਣਗੀਆਂ, ਵਰਕਾ ਉਹਦੇ ਨਾਲ ਸਾਰਾ ਕੋਲ ਨਾਲ ਸੋਣਾ ਸੋਣਾ ਦੇਖਣਾ ਪਏਗਾ। ਪਰ ਸਵਾਲ ਇਹ ਵੀ ਜਦੋਂ ਤੁਸੀਂ ਇਸ ਤਰ੍ਹਾਂ ਦੀ ਗੱਲ ਕਰਦੇ ਹੋ ਤਾਂ ਜਦੋਂ ਵਰਲਡ ਪਾਵਰ ਦੇ ਵਿੱਚ ਝਗੜਾ ਹੁੰਦਾ ਤਾਂ ਵਰਲਡ ਇਸ਼ੂ ਜਿਹੜੇ ਨੇ ਉਹ ਸਾਹਮਣੇ ਆਉਂਦੇ ਹੀ ਆਉਂਦੇ ਨੇ, ਸਿੱਖਾਂ ਦੇ ਇਸ਼ੂ ਆਉਣੇ ਹੀ ਆਉਣਾ ਹੈ। ਪਰ ਮੇਰਾ ਫਿਰ ਸਵਾਲ ਹੈ ਤੁਹਾਡੇ ਰਾਹੀਂ ਵਰਲਡ ਸਿੱਖ ਪਾਰਲੀਮੈਂਟ ਨੂੰ ਜੇ ਸੁਣਨਗੇ ਜਦੋਂ, ਕਿ ਅਗਰ ਫਰਜ਼ ਕਰੋ ਇਹੋ ਜਿਹੀ ਸਥਿਤੀ ਬਣੀ ਹੋਈ ਹੈ ਤਾਂ ਇਹ ਜਿਹੜੇ ਮੰਚ ਹੈ
ਇਹ ਕੀ ਇਸ ਤਰ੍ਹਾਂ ਦੇ ਨਾਲ ਆਪਣੀਆਂ ਸਾਰੀਆਂ ਸਰਗਰਮੀਆਂ ਆਪਣੇ ਡਿਬੇਟਸ ਆਪਣੇ ਸਾਰੇ ਜਿਹੜੇ ਇਸ਼ੂਜ਼ ਨੂੰ ਟੇਕ ਅਪ ਕਰਕੇ ਇੱਕ ਵਰਲਡ ਪੱਧਰ 'ਤੇ ਕੋਈ ਗਲੋਬਲ ਰਾਏ ਬਣਾ ਸਕਦਾ ਸਿੱਖਾਂ ਦੇ ਹੱਕ 'ਚ? ਗਲੋਬਲ ਰਾਏ ਬਣਾਉਣੀ ਬੜੀ ਜ਼ਰੂਰੀ ਹੈ ਨਾ ਭਾਈ ਸਾਹਿਬ। ਚਲੋ ਖਾਲਿਸਤਾਨ ਬਣਦਾ ਨਹੀਂ ਬਣਦਾ ਵੱਖਰੀ ਗੱਲ ਹੈ, ਪਰ ਦੂਜੀ ਗੱਲ ਇਹ ਡਿਸਕਸ ਕਰਨ ਵਾਲੀ ਹੈ ਕਿ ਆਫਟਰ ਜੇ ਖਾਲਿਸਤਾਨ ਦੀ ਗੱਲ ਬਣਨੀ ਤਾਂ ਕਿਵੇਂ ਬਣੇਗਾ? ਜਦੋਂ ਕੋਈ ਜਦੋਂ ਵੀ ਸਟੇਟ ਬਣਦੀ ਹੈ, ਜਦੋਂ ਕੋਈ ਅਧਿਕਾਰ ਬਣਦੇ, ਛੋਟੇ ਅਧਿਕਾਰ ਵੀ ਲੈਣੇ ਹੋਣ ਸੀ, ਤਾਂ ਜਿਹੜੀ ਸਟੇਟ ਜਿਹਦੇ ਨਾਲ ਅਸੀਂ ਲੜਦੇ ਹਾਂ ਉਹਦੀਆਂ ਲੋੜਾਂ ਪੈਦਾ ਹੁੰਦੀਆਂ ਨਾ ਜੀ, ਤਾਂ ਤੁਹਾਡੇ ਅਧਿਕਾਰ ਮੰਨੇ ਜਾਂਦੇ। ਅਗਲੇ ਕਹਿੰਦੇ ਵੀ ਨਾ ਤੁਸੀਂ ਸਾਡਾ ਬਣ ਲੈਣ ਦਿਓ, ਅਸੀਂ ਆਪੇ ਕਰ ਲਾਂਗੇ। ਮਤਲਬ ਕਿਹੋ ਜਿਹਾ ਜਵਾਬ ਹੈਗਾ ਵੀ ਤੁਹਾਡੇ ਕੋਲ ਕੋਈ ਤਿਆਰੀ? ਇਹੀ ਤਾਂ ਭਾਈ ਸਾਹਿਬ ਜੀ ਪਹਿਲਾਂ ਗੱਲ ਕਰਦੇ ਹੋ ਨਾ ਕਿ ਉਹੀ ਇਹੀ ਕਹੀ ਗੱਲ ਹੈ, ਸਿੱਖ ਡੋਂਟ ਅਪਲਾਈ ਦੇਅਰ ਮਾਇੰਡ। ਜਿਹੜਾ ਸਿੰਸੀਅਰ ਜਿਹੜਾ ਡੈਲੀਗੇਟ ਔਰ ਬੜਾ ਇੱਕ ਕਹਿੰਦਾ ਇੰਟਲੈਕਚੁਅਲ ਮਾਇੰਡ ਹੈ ਨਾ ਜੀ, ਉਹ ਅਪਲਾਈ ਨਹੀਂ ਕਰਦੇ ਜੀ। ਹੁਣ ਮੇਰੀ ਇੱਕ ਗੁਰਦੁਆਰਾ ਚੋਣਾਂ ਬਾਰੇ ਕਿਸੇ ਨਾਲ ਗੱਲ ਹੋਈ ਵੀ ਗੁਰਦੁਆਰਾ ਚੋਣਾਂ ਲੜ ਰਹੇ ਹੋ ਵੀ ਕੋਈ ਸੁਧਾਰ ਕੀ ਲੈਣੇ ਚਾਹੀਦੇ ਨੇ, ਕਿਸ ਤਰੀਕੇ ਨਾਲ ਤੁਸੀਂ ਔਰ ਤਾਕਤ 'ਚ ਕਿਵੇਂ ਆਓਗੇ? ਕਹਿੰਦਾ ਸਿਮਰਨ ਸਿੰਘ ਜੀ ਤੁਸੀਂ ਗੱਲ ਛੱਡੋ, ਸਾਨੂੰ ਪਹਿਲਾਂ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਕਰ ਲੈਣ ਦਿਓ, ਸਵਾਦ ਆਪੇ ਆ ਜਾਣਗੇ। ਉਹ ਕਿੱਡੀ ਮਾੜੀ ਗੱਲ ਹੈ ਜੀ, ਕਿੰਨੀ ਚੀਜ਼ ਗੱਲ ਹੈ ਵੀ ਸੁਧਾਰ ਬਾਅਦ 'ਚ ਲਿਆਵਾਂਗੇ, ਪਹਿਲਾਂ ਤੁਸੀਂ ਕਬਜ਼ਾ ਤਾਂ ਕਰਨਾ ਕਿ ਸੁਧਾਰਾਂ ਦੀ ਇਸ਼ੂ ਲੈ ਕੇ ਆਓਗੇ? ਸੋ ਮੈਂ ਕਹਿੰਦਾ ਭਾਵ ਕੀ ਹੈ ਕਿ ਦੇਖੋ ਗਲੋਬਲ ਜਿਹੜੇ ਹਾਲਾਤ ਬਣਦੇ ਨੇ ਉਸ ਨਾਲ ਇੰਡੀਆ ਦੇ ਉੱਤੇ ਕੀ ਪ੍ਰੈਸ਼ਰ ਪੈਂਦਾ ਔਰ ਉਸਨੂੰ ਕਿਸ ਤਰ੍ਹਾਂ ਸਿੱਖਾਂ ਦੇ ਫੇਵਰ 'ਚ ਵਰਤਣਾ ਹੈ ਔਰ ਕਿਸ ਢੰਗ ਨਾਲ ਅਸੀਂ ਡਿਪਲੋਮੈਟਿਕ ਅਤੇ ਸਾਈਕੋਲੋਜੀਕਲ ਇਕੋਨੋਮਿਕ ਐਂਡ ਅਦਰ ਮੀਡੀਆ ਵਾਰ ਲੜਨੀ ਹੈ। ਮੀਡੀਆ ਤਾਂ ਤੁਹਾਡੇ ਕੋਲ ਹੈ ਹੀ ਨਹੀਂ ਜੀ, ਤੁਹਾਡੇ ਮੀਡੀਆ ਕਿੱਥੋਂ ਕੋਲ ਕਿਹੜਾ ਮੀਡੀਆ ਤੁਹਾਡੀ ਆਵਾਜ਼ ਲੈ ਕੇ ਜਾ ਰਿਹਾ? ਉਹ ਮਚਿਓਰ ਮੀਡੀਆ ਕਿ ਅਲ ਜ਼ਜ਼ੀਰਾ ਵਾਲਾ ਚੈਨਲ ਵਰਗਾ ਚੈਨਲ ਤੁਹਾਡੇ ਕੋਲ ਹੈ ਕਿ CNN ਵਰਗੇ ਜਾਂ ਹੋਰ ਵੀ ਰੈਡੀ ਇਹੋ ਜਿਹੀਆਂ ਅਖਬਾਰਾਂ ਹੈਗੀਆਂ ਤੁਹਾਡੇ ਕੋਲ ਕਿ ਤੁਹਾਡੇ ਸਪੀਅਰ ਬੇਸ ਜਿਹੜੇ ਬ੍ਰੇਨ ਐਕਸਲੈਂਟ ਬ੍ਰੇਨ ਨੇ ਉਹ ਤੋਂ ਉੱਤੇ ਲਿਖਣ ਜੋਗੇ ਹੈਗੇ ਨੇ, ਬੋਲਣ ਜੋਗੇ ਹੈਗੇ ਨੇ ਕਿ ਚਕਾਰੇ ਛੱਡੋ ਕਿਸੇ ਨੂੰ ਤੁਸੀਂ ਉੱਤੇ? ਸੋ ਮੇਰਾ ਕਹਿੰਦਾ ਭਾਵ ਕਿ ਇਸ ਨੂੰ ਤੁਸੀਂ ਸੀਰੀਅਸਲੀ ਲੈਣਾ ਚਾਹੀਦਾ। ਇਹ ਜਿਹੜਾ ਸੈਸ਼ਨ ਲੰਘ ਗਿਆ ਜੀ, ਇਹਦੇ 'ਤੇ ਚੀਮਾ ਸਾਹਿਬ ਵੀ ਆ ਕੇ ਆਪਣੇ ਜਜ਼ਬਾਤੀ ਭਾਵਕ ਸਪੀਚ ਕਰਕੇ ਨੇ, UN ਚਲੇ ਜਾ ਚੰਗੀ ਗੱਲ ਹੈ, ਜਾ ਕੇ ਡਿਸਕਸ ਕਰਨਾ, ਬਟ ਵਟ ਫਾਰ ਹਾਓ ਕਿਸ ਢੰਗ ਨਾਲ ਅਸੀਂ ਕੀ ਆਪਣਾ ਕੇਸ ਪੇਸ਼ ਕਰਨਾਗੇ, ਇਹ ਵੱਡਾ ਸਵਾਲ ਹੈ ਜਿਹੜਾ ਕਿ ਇਹ ਵਰਲਡ ਸਿੱਖ ਪਾਰਲੀਮੈਂਟ ਸੈਸ਼ਨ ਛੱਡ ਗਿਆ। ਮੈਂ ਤਾਂ ਨਜ਼ਰ ਇਸ ਤਰ੍ਹਾਂ ਹੀ ਆਉਂਦੇ ਸਹੀ ਗੱਲ। ਅਤੇ ਦੂਜੀ ਗੱਲ ਮੈਂ ਹੋਰ ਕਰਾਂਗਾ, ਜਦੋਂ ਚੀਮਾ ਕਹਿੰਦਾ ਕਿ ਪੰਜਾਬ 'ਚ ਲੜਿਆ ਜਾਣਾ, ਤਾਂ ਪੰਜਾਬ ਦੇ ਸਿੱਖਾਂ ਦੇ ਨਾਲ ਅਤੇ ਔਰ ਬਾਹਰਲੇ ਸਿੱਖਾਂ ਦਾ ਕੀ ਰੈਪਟ ਬਣਦਾ? ਦੇਖੋ ਬੜੀ ਵੱਡੀ ਗੱਲ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਤਾਂ ਮੂਵਮੈਂਟ ਹੈ ਨਹੀਂ, ਮਤਲਬ ਮੂਵਮੈਂਟ ਹੈਗੀ ਹੈ ਲੇਕਿਨ ਲੋਕ ਲਹਿਰ ਨਹੀਂ ਹੈ, ਲੋਕ ਲਹਿਰ ਨਹੀਂ ਹੈਗੀ। ਭਾਵੇਂ ਸਿਮਰਨਜੀਤ ਸਿੰਘ ਮਾਨ ਦਾ ਇੱਕ ਸਟਰਕਚਰ ਹੈ ਲੇਕਿਨ ਉਹ ਲੋਕਾਂ ਨੂੰ ਵੋਟਾਂ ਨਹੀਂ ਪਾਉਂਦੇ। ਸਵਾਲ ਹੈ ਵੀ ਜੇਕਰ ਅਸੀਂ ਪੋਲੀਟੀਕਲ ਸਲੋਗਨ ਲੈ ਕੇ ਪੋਲੀਟੀਕਲ ਇਸ਼ੂ ਲੈ ਕੇ ਗੱਲ ਚੱਲ ਰਹੀ ਹੈ ਤਾਂ ਲੋਕਾਂ 'ਤੇ ਕਿਵੇਂ ਜਾਣਾ? ਨੇਚਰਲ ਲੋਕ ਮੁੱਦੇ ਲੈ ਕੇ ਜਾਵਾਂਗੇ ਅਸੀਂ, ਲੋਕਾਂ ਦੇ ਡੇ ਟੂ ਡੇ ਮੁੱਦੇ ਕੀ ਨੇ, ਕਿਸਾਨੀ ਦੇ ਕੀ ਮੁੱਦੇ ਨੇ, ਨੌਜਵਾਨਾਂ ਦਾ ਕੀ ਮੁੱਦੇ ਨੇ, ਸਾਡੀ ਵਿੱਦਿਅਕ ਅਸੀਂ ਕੀ ਇਸ਼ੂਜ਼ ਹੈਗੇ ਨੇ, ਇੰਪਲਾਈਜ਼ ਦੇ ਕੀ ਇਸ਼ੂਜ਼ ਹੈਗੇ ਨੇ, ਕਿਸਾਨਾਂ ਦੇ ਕੀ ਇਸ਼ੂਜ਼ ਨੇ, ਮਜ਼ਦੂਰਾਂ ਦੇ ਕੀ ਇਸ਼ੂਜ਼ ਨੇ, ਇਹ ਲੈਣੇ ਨਾ ਪੈਣਗੇ ਨਾ ਜੀ। ਇਹ ਸਿਮਰਜੀਤ ਸਿੰਘ ਮਾਨਕ ਦੀ ਗੱਲ ਨਹੀਂ ਕਰਦੇ, ਨਾ ਦਲ ਖਾਲਸਾ ਕਰਦਾ, ਦਲ ਖਾਲਸਾ ਦੇ ਇੱਕ ਲੀਕ ਵਾਈ ਹੋਈ ਹੈ ਕਿ ਅਸੀਂ ਇਲੈਕਸ਼ਨ ਲੜਨੀ ਨਹੀਂ ਜੀ। ਉਹ ਭੁੱਲੇ 45 ਸਾਲ ਹੋ ਗਏ ਤੁਹਾਨੂੰ ਯਾਰ ਬਣਿਆ ਹੋਇਆ, ਅਸੀਂ ਖੁਦ ਆਪਣਾਇਆ, ਆਪਣੇ ਹੱਥੀ ਬਣਾਇਆ, ਬੂਟਾ ਲਾਇਆ, ਅਤੇ ਤੁਸੀਂ 45 ਸਾਲ ਤੱਕ ਕਿੱਥੇ ਖੜੇ ਹੋ? ਕੱਲ੍ਹ ਬਾਣੀ ਦੀ ਪਾਰਟੀ ਆਉਂਦੀ, ਆਮ ਆਦਮੀ ਪਾਰਟੀ 8-10 ਸਾਲ ਪਹਿਲਾਂ ਤਾਂ ਤੁਹਾਡੇ ਰਾਜ ਕਰ ਰਹੀ ਸੀ, ਕਿਸੇ ਪੰਜਾਬ ਦਾ ਕੀ ਹਾਲ ਹੋ ਗਿਆ? ਸੋ ਮੈਂ ਇਹ ਮਹਿਸੂਸ ਕਰਦਾ ਕਿ ਇਸ ਲਈ ਜਿਹੜਾ ਸਾਰਾ ਵੱਡਾ ਇਸ਼ੂਜ਼ ਗੁਰਦੇਵ ਸਿੰਘ ਜੀ ਇਹ ਹੈ ਕਿ ਪੰਜਾਬ ਨੂੰ ਕਿਵੇਂ ਬਚਾਇਆ ਜਾਏ। ਦਿਸ ਹੈਜ਼ ਬਿਕਮ ਬਿਗੈਸਟ ਇਸ਼ੂ ਫੋਰ ਅਸ, ਬਿਲਕੁਲ, ਕਿ ਜਿਵੇਂ 2 ਸਾਲ ਦੇ ਵਿੱਚ ਹੋ ਗਿਆ ਜਾਂ ਪਹਿਲਾਂ ਜੋ ਹੋਇਆ, SYL ਦਾ ਕੀ ਇਸ਼ੂਜ਼ ਹੈਗੇ ਨੇ, ਸਾਡੀ ਚੰਡੀਗੜ੍ਹ ਦਾ ਕੋਈ ਇਸ਼ੂ ਹੈ, ਕੋਈ ਕਲੋਜ਼ਰ ਕੋਈ ਨਹੀਂ ਹੋਇਆ, ਸਾਡੀ ਮੁਲਾਜ਼ਮਾਂ ਦਾ ਕੀ, ਦੇਖੋ ਪਿਛਲੇ ਕੱਲ੍ਹ ਹੀ ਅਮਰਿੰਦਰ ਕੌਰ ਵਰਗੀ ਨੇ ਆਤਮਘਾਤ ਕਰ ਲਿਆ। ਸੋ ਮੈਂ ਸਮਝਦਾ ਕਿ ਪੰਜਾਬ ਨੂੰ ਬਚਾਉਣਾ ਬੜਾ ਜ਼ਰੂਰੀ ਹੋ ਗਿਆ ਹੋਇਆ, ਇਸ ਵਾਸਤੇ ਇਹ ਸਾਰੀਆਂ ਧਿਰਾਂ ਨੇ, ਜਦ ਤੱਕ ਇਹ 'ਚ ਇਸ਼ੂ ਆਪਣਾ ਨਹੀਂ ਇਨਵੋਲਵ ਨਹੀਂ ਹੁੰਦੀਆਂ, ਜਦ ਤੱਕ ਇਸ ਬਾਰੇ ਆਪਣੀ ਮਚਿਓਰ ਮੂਵਮੈਂਟ ਨਹੀਂ, ਜਨ ਅੰਦੋਲਨ ਨਹੀਂ ਚਲਾਉਂਦੀਆਂ, ਕਿਸਾਨਾਂ ਦੇ ਇਸ਼ੂ ਨਹੀਂ ਲੈ ਕੇ ਚੱਲਦੀਆਂ, ਜ਼ਰੂਰੀ ਨੇ ਜੀ ਇਹ, ਇਸ ਨੂੰ ਤੁਸੀਂ ਮਤਲਬ ਇਗਨੋਰ ਨਹੀਂ ਕਰ ਸਕਦੇ ਹੋ। ਇਹ ਜਿਹੜਾ ਸਾਰਾ ਰੈਪਟ ਹੈ ਨਾ ਜੀ ਬਾਹਰਲੇ ਸਿੱਖਾਂ ਦਾ, ਇੱਥੋਂ ਦੇ ਸਿੱਖਾਂ ਦਾ, ਇਹ ਬਣਨਾ ਬੜਾ ਜ਼ਰੂਰੀ ਹੈ। ਗੈਪ ਲੱਗਦਾ ਨਹੀਂ ਤੁਹਾਨੂੰ ਵੀ ਹੁਣ? ਬਹੁਤ ਗੈਪ ਹੈ ਜੀ, ਇੱਥੇ ਗੈਪਸ ਨੇ ਜੀ। ਹੁਣ ਇਹ ਜੀ ਵੀ ਚੋਣਾਂ ਦੇਖ ਲਓ ਤੁਸੀਂ ਕੀ ਬਣਦਾ ਜੀ, ਇੱਕ ਪਾਸੇ ਅਕਾਲੀ ਦਲ, ਇੱਕ 8 ਧਿਰਾਂ ਨੇ ਜੀ। ਜੀ ਬਿਲਕੁਲ, ਦੇਖੋ ਨਾ ਬੜੀ ਅਜੀਬ ਜੀ ਗੱਲ ਹੈ। ਸੋ ਪ੍ਰੋਬਲਮ ਇੱਥੇ ਵੀ ਨੇ, ਉੱਥੇ ਵੀ ਨੇ, ਇਹਨਾਂ ਸਾਰੇ ਹਾਲਾਤ ਦੇ ਵਿੱਚ ਤੁਸੀਂ ਅੱਗੇ ਕਿਵੇਂ ਵਧੋਗੇ? ਤੁਸੀਂ ਤਾਂ ਚੀਮਾ ਸਾਹਿਬ ਤਾਂ ਕਹਿੰਦੇ ਬਦਲ ਦੇਖ ਕੇ ਹਵਾਵਾਂ ਦਾ ਰੁੱਖ ਬਦਲੇ ਵਰਸਣ ਵਾਲਾ, ਪਰ ਤੁਹਾਡੇ ਹਿਸਾਬ ਨਾਲ ਤਾਂ ਮੈਨੂੰ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਵੀ ਮੀਂਹ ਅਜੇ ਦਾ ਬੜਾ ਦੇਰ ਹੈ, ਦੂਰ ਹੈ। ਨਹੀਂ 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 ਮੈਨੂੰ ਨਹੀਂ ਲੱਗਦਾ ਜੀ, ਮੀਂਹ ਪੈ ਜਾਵੇ ਵੱਖਰੀ ਗੱਲ ਹੈ, ਬਾਕੀ ਤਾਂ ਦੇਖੋ ਹਾਲਾਤ ਐਸੇ ਬਣਦੇ ਨੇ। ਪਰ ਜਦੋਂ ਤੱਕ ਦੇਖੋ BJP ਹੈ, RSS ਹੈ, ਹਿੰਦੂ ਰਾਸ਼ਟਰ ਦੀ ਗੱਲ ਕਰ ਰਹੇ ਨੇ, ਇੱਕ ਬੜਾ ਵੱਡਾ ਇਹਨਾਂ ਦੇ ਆਪਣਾ ਥੱਲੇ ਮਤਲਬ ਤਾਕਤ ਇਹਨਾਂ ਦੀ, ਅਤੇ ਇਹ ਚਲਾ ਜਾ ਕੇ ਕਾਂਗਰਸ ਵਾਲੇ ਆ ਜਾਣਗੇ, ਉਹ ਕਿਹੜੇ ਸਾਨੂੰ ਲਾਓ ਕਰਨਗੇ, ਦੇਸ਼ ਵੱਖਰਾ ਬਣਾ। ਗੱਲ ਤਾਂ ਪੰਜਾਬ ਦੇ ਫੈਡਰਲ ਸਟਰਕਚਰ ਬਚਾਉਣ ਦੀ ਹੈ, ਫੈਡਰਲ ਸਟਰਕਚਰ ਕਮਜ਼ੋਰ ਹੋ ਰਿਹਾ, ਤੁਹਾਡੇ ਪੰਜਾਬ ਦੀ ਤਾਕਤਾਂ ਖਤਮ ਹੋ ਰਹੀਆਂ ਨੇ, ਤੁਹਾਡੇ ਪੱਲੇ ਕੋਈ ਰਹਿ ਕੇ ਨਹੀਂ ਰਿਹਾ,
चाहे पानी का मुद्दा है, चाहे कोई होर मुद्दा है जी, सारे सारे इशू पर, सारे जी एस टी का इशू है, आर टी आई इशू, सब सेंटर 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 सेंट्रलाइज कर ली ताकतों, फेस द रियलिटी। बिल्कुल, तुसी देखो कल मतलब असं वर्ल्ड पावर के आ दी गल जी कि वह हिंदुस्तान तंग करने वास्ते कह दो यू एन ओ रेजोल्यूशन पास कर दो, मूव कर दो, और सिखो बोलो, एक विशुअल थिंकिंग है। सो मेरा कहने का भाव कि ठीक है, अपने आप उन्होंने एक दिता बयान के चंगी आस बढ़ जाती है, लोग जकारे छड़ जाने खुश हो जाएंगे, बट फेस द रियलिटी, वो रियलिटी फेस करके पंजाब में तुम पहुँचाइए, पंजाब में कोई लहर खड़ी करो, पंजाब में जो मतलब मैं कहना भी कई बार सवाल पूछा चल रहा है डिबेट, उस पन्नू बैठा दो और बैठे सवाल कर रहे थे, मैं जब मेरा बचपन था मैं उदो तक खालिस्तान की लहर देख रहा और वगैरह कई किते स्ट्रक्चर की हो, इकोनमिक सोर्स की हो, सपोर्ट को नहीं लगता, तुहानू कुछ नहीं लगता, हर एक बार सवाल करते ना जी, हद कितना की होगी, चलो वो तो अपने सवाल जवाब होंगे चलते पे। मैं सोचता भी अगर फर्ज कर लो वो डिबेट चल रहा है तो इशू तो है ही ना जी, जी जी बिल्कुल इशू तो है ही ना जी, इस वास्ते ये चीज़ा जड़िया ने चक्कर जी सा लोग लड़ते पे, देखो आने वाले समय से एक होर कौन लोग आते हैं वक्री गल है, फिलहाल तो यही स्टेज के एक्टर ने ना जी, बिल्कुल पंजाब को बचाओ, बिल्कुल जी, तद ही कुछ ना कुछ लोगों की हमदर्दी इन लोगों होगी, अदरवाइज नहीं होगी, बिल्कुल लोड़ है पंजाब नू बचाण दी, बचाण दी, जिसे जिसे तो मेन इशू, बिल्कुल जी, उस हाले गल कर रहे सी ओ तो जड़ी गल सी ना जो गुरु नानक देव विचारधारा दी गल करदा है, पर मैं इत्थे कहना भी बड़ा बड़ा साडे कोल मॉडल करतारपुर दी मॉडल है जी, साडे कोल होर सारे मॉडल छड्ड दिओ, चाहे कम्युनिज्म दा कैपिटलिज्म दा, सारे छड्ड छड्ड करतारपुर दी मॉडल है, जिथे हलीमी राज की गल की गुरु नानक साहब ने, जिथे 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 बेगमपुरे की गल की गई है, एक नवा समाज सिरजिया है, नवी व्यवस्था सिरजदा है, मॉडल दिता है सानू, उसनू खोलना चाहिए, उस सारिया कल्चर का एक महा साहब सहोंद ही मॉडल है जी। सो मैं तो इस पास कोशिश की हुई जी, करतारपुरी मॉडल बारे रिलीज करा के दी किताब को दी उस लिखी हुई है, सो मैं ये गल् ने जब तक इन्होंने गलों में नहीं आप डिस्कस करा ना, जो तक तुम मुकाबला नहीं कर सकते उस तरह जज्बाती तौर पर जो मर्जी लहर गल करी मुकाबले नहीं आ सकते। सो बहुत बहुत धन्यवाद भाई साहब, धन्यवाद जी जी। सो ये सन भाई हरसिमरत सिंह जी जिन्होंने बड़े जिहड़ियां गल्लां हो रही ने इंटरनेशनल पद्धर ते वक्रे राज दियां उहदे बारे गल के भी इन्ना सौखा नहीं हैगा, काफ़ी वड्डी लहर की लोड़ है, तो इत्थे पंजाब दे और बाहरले सिखां दे विच बड़ा गैप है, तो ये इन्नी छेती बदल जिहड़े आ उह वरसणे जिहड़े हैगे, जिवें चीमा साहब कह रहे ने भी उन्होंने हवावां दे रुख बदले देखे ने, पर यह इन्ना सौखा भी नहीं हैगा। सो आने वाला ही समझ दसेगा भी बदल वरसदे आ जां नहीं वरसदे, पर तुसी जुड़े रहो इस तरह विदन 1469 दे नाल। तुहानू किवें दी लगी ये वीडियो, तुहाडे की विचार नाल जरूर अपनी कमेंट करके दसना जी, होईयां भुल्लां चुक्कां दी कीवां। वाहिगुरू जी का खालसा, वाहिगुरू जी की फतेह।